ਗੱਲਾਂ ਇਹ ਅਨਹੋਣੀਆਂ ਹੋਣ ਨਾ ਵਿੱਚ ਜਹਾਂ, ਗੱਲਾਂ ਇਹ ਅਨਹੋਣੀਆਂ ਹੋਣ ਨਾ ਵਿੱਚ ਜਹਾਂ, ਦੁੱਧ ਨਾ ਦੇਵੇ ਨਾਗਣੀ ਅਤੇ ਜ਼ਹਿਰ ਨਾ ਦੇਵੇ ਗਾਂ। ਬੁਰਾ ਮੰਗੇ ਜੋ ਪੁੱਤ ਦਾ, ਐਸੀ ਕਿਹੜੀ ਮਾਂ, ਸਿੰਬਲ ਫਲ ਨਹੀਂ ਦੇਵਦਾ ਅਤੇ ਬਾਂਸ ਨਾ ਦੇਵੇ ਛਾਂ। ਉਸਨੂੰ ਕਦਰ ਨਾ ਮਿਲਦੀ ਜਿਸਦੀ ਨਾ ਕੋਈ ਥਾਂ, ਉਸ ਮੰਦਾ ਕੀ ਬੋਲਣਾ ਮਿੱਠੀ ਜਿਹਦੀ ਜ਼ੁਬਾਨ। ਬਾਂਗਾਂ ਕਿਸਨੇ ਦੇਣੀਆਂ ਉਜੜੇ ਵਿੱਚ ਗਰਾਂ, ਬਾਂਗਾਂ ਕਿਸਨੇ ਦੇਣੀਆਂ ਉਜੜੇ ਵਿੱਚ ਗਰਾਂ, ਇੱਲਾਂ ਕਿਸ ਪੜਨਾਈਆਂ ਅਤੇ ਕਿਸ ਪਿੰਜਰੇ ਘੱਤੇ ਕਾਂ, ਇੱਲਾਂ ਕਿਸ ਪੜਨਾਈਆਂ ਅਤੇ ਕਿਸ ਪਿੰਜਰੇ ਘੱਤੇ ਕਾਂ। ਇੱਕ ਰੰਗੀਲਾ ਭਾਈਆ ਹੋਏ ਨੇ ਜੀ ਈਸ਼ਰ ਸਿੰਘ ਜੀ, ਉਹਨਾਂ ਦੀ ਰਚਨਾ ਦੇ ਵਿੱਚੋਂ ਇਹ ਚਾਰ ਕੁ ਲਾਈਨਾਂ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਬਹੁਤ ਹੀ ਵਧੀਆ ਗੱਲਾਂ ਅਨਹੋਣੀਆਂ ਹੋਣ ਨਾ ਵਿੱਚ ਜਹਾਂ, ਵਾਕਿਆ ਹੀ ਬਿਲਕੁਲ ਸੱਚੀਆਂ ਗੱਲਾਂ ਹੈਗੀਆਂ ਜਿਹੜੀਆਂ ਭਾਈਆ ਰੰਗੀਲਾ ਭਾਈਆਂ ਨੇ ਲਿਖੀਆਂ ਨੇ। ਅਤੇ ਇਹਨਾਂ ਲਾਈਨਾਂ ਦੇ ਨਾਲ ਮੈਂ ਹਾਜ਼ਰ ਹਾਂ ਜਗਤਾਰ ਸਿੰਘ ਜੱਗੀ। ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਲਾਈਵ ਸ਼ੋਅ ਦੇ ਵਿੱਚ। ਲਾਈਵ ਸ਼ੋਅ ਲੈ ਕੇ ਇੱਕ ਵਾਰ ਫਿਰ ਹਾਜ਼ਰ ਹਾਂ ਜੀ, ਰੋਜ਼ ਤੁਹਾਡੇ ਰੂਬਰੂ ਹੋਈਦਾ। ਅਤੇ ਕਦੇ ਕਿਸੇ ਤਰ੍ਹਾਂ ਦਾ ਵਿਸ਼ਾ ਹੁੰਦਾ, ਕਦੇ ਕਿਸੇ ਤਰ੍ਹਾਂ ਦਾ ਵਿਸ਼ਾ ਹੁੰਦਾ ਅਤੇ ਕਦੇ ਕਿਸੇ ਤਰ੍ਹਾਂ ਦਾ ਹੁੰਦਾ। ਅਤੇ ਤਕਰੀਬਨ ਵਿਸ਼ੇ ਜਿਹੜੇ ਹੁੰਦੇ ਆ ਉਹ ਸਾਡੀ ਜ਼ਿੰਦਗੀ ਦੇ ਨੇੜੇ ਤੇੜੇ ਹੁੰਦੇ ਆ। ਬਹੁਤ ਸਾਰੇ ਵਿਸ਼ੇ ਸਾਨੂੰ ਤੁਸੀਂ ਵੀ ਭੇਜਦੇ ਹੋ, ਫੋਨ ਕਰਕੇ ਦੱਸਦੇ ਹੋ, ਅਤੇ ਕਈ ਫਿਰ ਮੈਂ ਉਹਨਾਂ ਦੇ ਵਿੱਚੋਂ ਫੁੱਲ ਫਲੈਸ਼ ਵਿਸ਼ੇ ਤੁਹਾਡੇ ਨਾਲ ਸਾਂਝੇ ਕਰ ਲਈਦੇ, ਅਤੇ ਕਈ ਫਿਰ ਗੱਲਾਂ ਜ਼ਰੂਰ ਸਾਂਝੀਆਂ ਕਰ ਲਈਦੀਆਂ ਕਿ ਆਹ ਗੱਲ ਇੱਦਾਂ ਹੋ ਰਹੀ ਸਾਡੀ ਕਮਿਊਨਿਟੀ ਦੇ ਵਿੱਚ, ਸਾਡੇ ਪਰਿਵਾਰਾਂ ਦੇ ਵਿੱਚ। ਅਤੇ ਅੱਜ ਦੀ ਗੱਲ ਕਰੀਏ, ਅੱਜ ਦਾ ਵਿਸ਼ਾ ਵੀ ਐਸਾ ਹੀ ਆ ਕਿ ਜੋ ਸਾਡੀ ਜ਼ਿੰਦਗੀ ਦੇ ਨੇੜੇ ਤੇੜੇ ਹੁੰਦਾ। ਅਤੇ ਪਰ ਉਸ ਤੋਂ ਪਹਿਲਾਂ ਜਿਹੜੀ ਥੋੜ੍ਹੀ ਬਹੁਤ ਇੱਕ ਦੋ ਗੱਲਾਂ ਕਰ ਲਈਏ ਪੰਜਾਬ ਬਾਰੇ, ਕਰੋਨਾ ਦੀ ਗੱਲ ਕਰ ਲਈਏ। ਅਤੇ ਅੰਕੜੇ ਤਾਂ ਦੱਸਦੇ ਨੇ ਜੀ, ਜਿਹੜੇ ਅਖਬਾਰਾਂ ਦੇ ਵਿੱਚ ਜਾਂ ਕੁਛ ਅੰਕੜੇ ਆਉਂਦੇ ਨੇ ਉਹ ਤਾਂ ਦੱਸਦੇ ਨੇ ਵੀ ਇਹ 90,000, 91,000, 1,00,000 ਤੋਂ ਘੱਟ ਨਵੇਂ ਕੇਸ ਆ ਰਹੇ ਨੇ। ਪਰ ਕੱਲ੍ਹ ਦੀ ਗੱਲ ਕਰੀਏ ਤਾਂ 6200 ਮੌਤਾਂ ਦਰਜ ਹੋਈਆਂ ਸੀ, ਪਰ ਇੱਕਦਮ ਵੱਧ ਕੇ 9400 ਹੋ ਗਈਆਂ, ਕਿਉਂਕਿ ਬਿਹਾਰ ਨੇ ਆਪਣੇ ਅਸਲੀ ਕਿਤੇ ਗਲਤੀ ਨਾਲ ਜਿਹੜੇ ਡਾਟਾ ਸੀ ਉਹ ਦੇ ਦਿੱਤਾ। ਪਰ ਇਹ ਵੀ ਕਮਾਲ ਦੀ ਗੱਲ ਆ, ਇਹ ਉਹ ਮੌਤਾਂ ਨੇ ਜਿਹੜੀਆਂ ਹਸਪਤਾਲਾਂ ਦੇ ਵਿੱਚ ਹੁੰਦੀਆਂ ਨੇ, ਬਾਕੀ ਜਿਹੜੇ ਘਰਾਂ ਦੇ ਵਿੱਚ ਹੁੰਦੇ ਆ ਉਹਨਾਂ ਦਾ ਕੋਈ ਗਿਣਤੀ ਨਹੀਂ ਹੈਗੀ। ਔਰ ਅਸਲੀਅਤ ਰੱਬ ਹੀ ਜਾਣੇ, ਪਰ ਕਿਸੇ ਨਾਲ ਗੱਲ ਕਰੀਏ ਤਾਂ ਉੱਥੇ ਇਉਂ ਹੀ ਲੱਗਦਾ ਵੀ ਹਜੇ ਵੀ ਮਾਹੌਲ ਬਿਲਕੁਲ ਸੁਖਾਵਾਂ ਨਹੀਂ ਹੈਗਾ। ਗੱਲ ਕਰੀਏ ਤਾਂ ਸਾਡੇ ਇੱਕ ਸਟੂਡੀਓ 'ਚ ਹੀ ਕੰਮ ਕਰਦੇ, ਉਹਨਾਂ ਦੇ ਫਾਦਰ ਦੀ ਡੈਥ ਹੋਈ ਹੈ ਕਰੋਨਾ ਨਾਲ, ਚੰਡੀਗੜ੍ਹ ਸਟੂਡੀਓ 'ਚ ਕਰਦੇ ਆ। ਉਹਨਾਂ ਨੂੰ ਚਲੋ ਅਫਸੋਸ ਵਾਸਤੇ ਫੋਨ ਕੀਤਾ ਅਤੇ ਉਹਨਾਂ ਨੇ ਦੱਸਿਆ ਵੀ ਸਾਡੇ ਤਾਂ ਮਤਲਬ ਹਰ ਦਸ ਦਿਨ ਦੇ ਵਿੱਚ ਇੱਕ ਨਾ ਇੱਕ ਮੌਤ ਕਰੋਨਾ ਦੇ ਨਾਲ ਹੋ ਰਹੀ ਹੈ ਸਾਡੇ ਜਾਣ ਪਛਾਣਿਆਂ ਵਾਲਿਆਂ ਵਿੱਚੋਂ। ਗੁਆਂਢੀਆਂ ਦੀ ਗੱਲ ਕਰ ਲਓ ਜਾਂ ਰਿਸ਼ਤੇਦਾਰ ਦੀ ਗੱਲ ਕਰ ਲਓ, ਚਲੋ ਇਹ ਮਾਹੌਲ ਹੈਗਾ। ਬਾਕੀ ਰਾਸ਼ਨ ਪਾਣੀ ਬੜਾ ਮਹਿੰਗਾ ਹੋਇਆ, ਅਤੇ ਦਿੱਲੀ ਗੱਲ ਹੋਈ ਸੀ ਕਿਸੇ ਨਾਲ, ਦਿੱਲੀ ਉਹਨਾਂ ਨੇ ਵੀ ਕਿਹਾ ਵੀ ਭਾਈ ਉਹਨੂੰ ਪੁੱਛਿਆ ਵੀ ਹੋਰ ਕੀ ਕਰ ਰਹੇ ਹੋ, ਕਹਿੰਦਾ ਜੀ ਖੰਡ ਲੱਭਦਾ ਫਿਰਦਾ ਚੀਨੀ। ਕਹਿੰਦੇ ਜੀ ਕੀ ਗੱਲ, ਚੀਨੀ ਲੱਭਣ ਵਾਲੀ ਕਿਹੜੀ ਚੀਜ਼ ਹੋ ਗਈ, ਵੀ ਲੱਭਣੀ ਪੈਂਦੀ ਉਹ ਕਹਿੰਦਾ ਜੀ ਮਿਲਦੀ ਨਹੀਂ, ਰਾਸ਼ਨ ਜਿਹੜਾ ਆ ਉਹ ਸਟੋਰ ਕਰ ਰੱਖਿਆ, ਜਦੋਂ ਬਾਹਲੀਆਂ ਮਿੰਤਾਂ ਕਰਦੇ ਹਾਂ ਅਤੇ ਫਿਰ ਜੇ 100 ਰੁਪਏ ਵਾਲੀ ਚੀਜ਼ ਆ ਤਾਂ ਉਹ 150-200 ਨੂੰ ਦੇ ਦਿੰਦੇ ਨੇ ਵੀ ਹੈ ਤਾਂ ਹੈ ਨਹੀਂ, ਜਾਂ ਮੈਂ ਆਪਣੇ ਵਾਸਤੇ ਥੋੜ੍ਹੀ ਜਿਹੀ ਰੱਖੀ ਹੈ 2 ਕਿਲੋ ਚੀਨੀ, ਚੱਲ ਤੈਨੂੰ ਉਹ 'ਚੋਂ ਮੈਂ ਦੇ ਦਿੰਦਾ ਚੀਨੀ। ਮਤਲਬ ਇਹ ਹਾਲ ਮੇਰੇ ਭਾਰਤ ਮਹਾਨ ਦਾ ਹੋਇਆ ਹੋਇਆ, ਮੋਦੀ ਸਾਹਿਬ ਦੇ ਉਸ ਦੇਸ਼ ਦਾ ਹੋਇਆ ਹੋਇਆ ਜਿਹੜਾ ਉਹ ਕਹਿੰਦੇ ਜੀ ਅਸੀਂ ਤਾਂ ਕਿਤੇ ਦੀ ਕਿਤੇ ਪਹੁੰਚਾ ਤਾ, ਡਿਜੀਟਲੀ ਦੁਨੀਆ ਦੇ ਨੰਬਰ 1 ਕਰਤਾ ਮੁਲਕ। ਇਹ ਹਾਲ ਉੱਥੇ ਹੋਇਆ ਕਿ ਰਾਸ਼ਨ ਦੀ ਵੀ ਠੀਕ ਆ, ਇੱਥੇ ਵੀ ਕਮੀ ਆਈ ਸੀ ਹਰ ਚੀਜ਼ ਦੀ, ਲੋਕਾਂ ਨੇ ਪਹਿਲਾਂ ਸਟੋਰ ਖਾਲੀ ਕਰਤੇ ਸੀਗੇ, ਟੋਇਲਟ ਪੇਪਰ ਇੰਨੇ ਲਿਜਾ ਲਿਆ ਭਰ ਲਏ ਕਰਤੇ, ਹੁਣ ਮੈਨੂੰ ਲੱਗਦਾ ਜਦੋਂ ਹੁਣ ਆਮ ਹੋ ਗਏ ਅਤੇ ਹੁਣ ਪੁੱਛਦੇ ਹੁਣ ਫੋਨ ਕਰਕੇ ਗਵਾਂਢੀਆਂ ਰਿਸ਼ਤੇ ਨੂੰ ਟੋਇਲਟ ਪੇਪਰ ਚਾਹੀਦੇ ਉਹ ਦੱਸ ਦਿਓ ਘਰੇ ਪਏ ਆਪਣੇ ਬਥੇਰੇ। ਸੋ ਇਹ ਹਾਲ ਭਾਰਤ ਦਾ ਹੈਗਾ, ਅਤੇ ਫਿਰ ਵੀ ਅਸੀਂ ਇਹ ਉਮੀਦ ਕਰਦੇ ਹਾਂ ਵੀ ਜਿਹੜੇ ਅੰਕੜੇ ਨੇ ਉਹ ਹੀ ਸਹੀ ਹੋਣ, ਇਹਦੇ ਪਿੱਛੇ ਅਸਲੀਅਤ ਜਿਹੜੀ ਹੈ ਉਹ ਕੋਈ ਹੋਰ ਨਾ ਹੋਵੇ। ਕੋਈ ਹੋਰ ਤੋਂ ਭਾਵ ਹੈ ਕਿ ਕਿਤੇ ਟੈਸਟ ਹੀ ਕਰਨੇ ਬੰਦ ਕਰ ਦਿੱਤੇ, ਹੁਣ ਤਾਂ ਫਿਰ ਟੈਸਟ ਆਉਣੇ ਕਿੱਥੋਂ, ਫਿਰ ਕੇਸ ਆਉਣੇ ਕਿੱਥੋਂ। ਸੋ ਇਹ ਭਾਰਤ ਦੀ ਗੱਲ ਹੈ। ਅਮਰੀਕਾ ਦੀ ਗੱਲ ਕਰੀਏ ਤਾਂ ਬਹੁਤ ਮਾਹੌਲ ਸੁਖਾਵਾਂ, ਕੰਮਕਾਰ ਚੱਲ ਪਏ ਨੇ ਸਭ ਦੇ। 15 ਜੂਨ ਤੋਂ ਉਮੀਦ ਕਰਦੇ ਹਾਂ ਹੋਰ 4 ਦਿਨ ਤੱਕ, ਕੈਲੀਫੋਰਨੀਆ ਦੀ ਗੱਲ ਕਰੀਏ ਤਾਂ ਸਾਰਾ ਕੁਛ ਖੁੱਲ੍ਹ ਜਾਏਗਾ, ਆਮ ਵਾਂਗ ਹੋ ਜਾਏਗਾ। ਅਤੇ ਵੈਸੇ ਮਾਸਕ ਲੋਕਾਂ ਨੇ ਹਜੇ ਵੀ ਪਾਏ ਹੁੰਦੇ, ਚੰਗੀ ਗੱਲ ਇਹ ਹੈ। ਅਤੇ ਇੰਡੀਆ ਦੀ ਗੱਲ ਕਰੀਏ ਤਾਂ ਉੱਥੇ ਪੂਰਾ ਜ਼ੋਰ ਹੋਣ ਦੇ ਬਾਵਜੂਦ ਲੋਕ ਮਾਸਕ ਅਵੋਇਡ ਕਰਦੇ ਸੀ, ਮਾਸਕ ਕੀ ਪਾਉਣੇ, ਛੱਡੋ ਪਰੇ,
कुछ नहीं हुंदा कुछ नहीं हुंदा कुछ नहीं हुंदा। पहला ये कहिंदे हुंदे सीगे पहला शुरू शुरू दे विच वो नहीं नहीं ये गरीबां नूं कुछ नहीं कहिंदा जिहड़े मेहनत करदे उहनां नूं कुछ नहीं कहिंदा भाई ये तो जिहड़े हैगे ने वेहले बैठे आ उहनां दा इम्यून सिस्टम खराब आ साडा इम्यून सिस्टम बड़ी सानूं कुछ नहीं कहिंदा। पर हौली हौली उहने सारिआं नूं कहिणा शुरू करता वी भाई ऐसी गल कोई नहीं उहने कहि लो करोना ने कहि लो चाहे कुदरत ने कहि लो कुदरत ने सारिआं नूं कहिणा शुरू करता वी भाई चक्कू लीडर है तो चाहे नेता तो चाहे कोई प्रनेता तो चाहे वोट है चाहे जनता चाहे अमीर चाहे गरीब है सारियां नूं ही इहदा असर दिसिया। सो बचण दी हजे भी लोड़ हैगी आ इस उम्मीद दे नाल वी आउण वाले समें दे विच पाई फ्लैटां जिहड़ियां जांदियां इंडिया नूं फिर वह भरियां जाणगियां धड़ाधड़ तो पूरे उत्थे गर्मियां सर्दियां जिहड़े गुजार के आउंदे बंदे साडे गुजार के आउणगे। हुण अगली खबर जिहड़ी है वह मेरा अज दा विशा होएगी जी। कहण तो भाव है जी असी एक घर चुनते हैं वैसे तो पहला गल करिए कुदरत वालों ही सानू ये चीज़ा मिलिया ने साडे बजुर्ग जिथे आके बैठ गए उही साडा घर बन गया उही साडा जद्दी पुश्ती शहर बन गया उही पिंड बन गया। पाकिस्तान तो जिहड़े लोग आए उन्होंने जो इत्थे जिहड़े आए जिथे इत्थे सूत लगा कोई उत्थे उही उन्हां दा घर बन गया तो उही गां साडा घर बन गया। तो अमेरिका कनेडा दे विच आए बाहरले मुल्कां दे विच इत्थे भी असी एक घर बनाउने आ पर घर लैण वेले सोचते हैं भी असी कित्थे लईए। अक्सर असी घर जिहड़ा लै लैंदे जी किसी दोस्त मित्र दा हैगा जाण पछाण वाला उत्थे जाके उत्थे कम कर शुरू कर लैंदे आ कोई रिश्तेदार हैगा उहदे कोल जाके कम शुरू कर लैंदे आ। पर दुनिया दे विच रहण वास्ते सब तो वधिया शहर कल अनाउंस होया ग्लोबल लिवेबिलिटी रैंकिंग जिहड़ी रैंकिंग होई है शहरां दी इह जिहड़ी हैगी इकनॉमिस्ट इंटैलीजेंस यूनिट हैगा कोई उन्होंने एक सर्वे करके तो 140 शहर 250 मेरे ख्याल मुल्क है तो 140 शहर 250 मुल्कों के वो चुने भी जेडे रहने वास्ते सब तो वधिया है तो उन्होंने पहले जोड़े 10 नंबर आए ने वह पहला ऑकलैंड न्यूजीलैंड का ही है दूजा हैगा जी ओसाका जापान का तीजा एडिलेट ऑस्ट्रेलिया का चौथा वलिंगटन फे न्यूजीलैंड का टोक्यो जापान का पर्थ जिहड़ा ऑस्ट्रेलिया का जुरैक जिहड़ा स्विट्जरलैंड का तो जनेरा जिहड़ा वह भी स्विट्जरलैंड का मेलबोर्न ऑस्ट्रेलिया का तो ब्रिसबेन ये भी ऑस्ट्रेलिया के पहले 10 शहर जिहड़े रहने वास्ते बड़े वधिया मन्ने जांदे ने। मैनूं अज्ज एक खुशी होर वक्खरी जिहड़ी इह होई कि मैनू जदों कोई सवाल करता सी कई बार पहला कोई चलो इंटरव्यू वगैरह माड़िया मोटिया को लेंदे सी जां कोई वैसे गल करदे सी मैनू जदों कहिंदे सी वी तुसीं भाई दुनिया दे 20-22 मुल्कां दे विच घूमे हो जिथे जिथे पंजाबी बैठे उत्थे जो चलो परमात्मा की कृपा नाल पंजाबियों के प्यार नाल जाण दा मौका मिलिया ते तुहानूं दुनिया दे विच सब तो वधिया मुल्क किहड़ा लग्गिया ते उत्थे दा शहर किहड़ा लग्गिया। तो मैं न्यूजीलैंड गया तो हाले एको वारी हाँ तो मैं कहना हुंदा सी मैनू न्यूजीलैंड शहर न्यूजीलैंड मुल्क जिहड़ा वो बहुत वधिया लगता तो ओकलैंड पता नहीं क्यों कहते क्यों लगता मैं कह पता नहीं क्यों इन्ना वधिया सिस्टम जिहा उत्थे हैगा हालांकि अमेरिका दे विच वी सिस्टम बहुत वधिया अमेरिका सारे सिस्टम बहुत वधिया हैगा इंडिया नूं छड्ड के पा एशिया नूं छड्ड के कह लो तो उत्थे मैनूं वधिया लगदा सी। तो न्यूजीलैंड दा शहर ओकलैंड जिहड़ा वो पहले नंबर ते आया रहण वास्ते वधिया तो रहण वास्ते किहना किहना चीज़ां दी जरूरत हुंदी वी घर दे घर अगर असीं लैणा जे इन्हां ने कहा भी रहने वास्ते न्यूजीलैंड का सब तो वधिया शहर दुनिया का हैगा न्यूजीलैंड ओकलैंड तो कड़िया चीज़ा उत्थे होणगियां असीं ये तुहाडा अज जिक्र करना तुहाडे हिसाब दे नाल कित्थे रहना तो उदां असीं करिए भी दुनिया के सब तो 10 घटिया शहरों के भी साडा भारत नहीं आया तो सब वधिया शहरों के नहीं आया विच विचाले कितें जरूर होणगे भारत के शहर। तो अमेरिका की गल करिए अमेरिका का भी कोई शहर इन्हां दसां पहलियां दे विच भी नहीं आया तो दसां लास्ट दे विच भी नहीं आया। मैं जिहड़ी पूरी लिस्ट जिहड़ी इहदी हैगी आ उह मैं ऑर्डर कीती आ तो उन्होंने कहा तो यही सी मैनूं तैनूं अज ईमेल कर देंगे हजे तक आई नहीं तो फिर भी मैं जिहड़े भारत के कोई मुल्क शहर होए जां अमेरिका के शहर होए तो वह तुहाडे नाल जरूर सांझे करांगे। कनेडा दा इहदे दसां दे विच कोई शहर नहीं है अमेरिका का कोई शहर नहीं है भारत का कोई शहर नहीं है ज़्यादा साडा इन्हां मुल्कां दे नाल वाह पैंदा। ऑस्ट्रेलिया की गल करिए ऑस्ट्रेलिया दे विच साडे काफ़ी लोग रेंदे ने पंजाबी ते ऑस्ट्रेलिया दे 3 शहर जिहड़े हैगे ने उह इह दसां दे विच आए हुए ने। ऑस्ट्रेलिया दा मेलबोर्न 7 साल लगातार रहा पहले नंबर ते रहण पक्खों। सो मैं अज गल यही करनी है वी तुहानूं
ਕਿ ਸ਼ਹਿਰ ਜਿਹੜਾ ਸੀ, ਚਲੋ ਆਪਾਂ ਸ਼ਹਿਰ ਦੀ ਵੀ ਗੱਲ ਛੱਡ ਦਈਏ, ਰਹਿਣ ਵਾਸਤੇ ਕੀ ਵਧੀਆ ਕੀ ਨਹੀਂ ਚਾਹੀਦਾ, ਹੁਣ ਪਿੰਡਾਂ 'ਚੋਂ ਉੱਠ ਕੇ ਆਏ ਹਾਂ ਤਾਂ ਸਾਡੇ ਵਾਸਤੇ ਸਾਰਾ ਕੁਛ ਹੀ ਵਧੀਆ, ਸਾਡੇ ਵਾਸਤੇ ਤਾਂ ਹੁਣ ਪਹਿਲਾਂ ਜਦੋਂ ਪਿੰਡ ਤੋਂ ਸ਼ਹਿਰ ਆਏ ਸੀਗੇ ਕਈ ਲੋਕ ਮੇਰੇ ਵਰਗੇ, ਤਾਂ ਮੈਂ ਵੀ ਜਦੋਂ ਚੰਡੀਗੜ੍ਹ ਆਇਆ ਪਹਿਲੀ ਵਾਰ ਤਾਂ ਮੈਨੂੰ ਟੋਇਲਟ ਤਾਂ ਨਹੀਂ, ਸ਼ੀਟ ਦਾ ਪਤਾ ਹੁੰਦਾ ਵੀ ਟੋਇਲਟ ਸ਼ੀਟ 'ਤੇ ਵੀ ਜਾਂਦੇ ਲੋਕ, ਇਹ ਸ਼ਹਿਰ ਆ ਉਦੋਂ ਪਹਿਲਾਂ ਦੀ ਗੱਲ ਆ, ਹੁਣ ਤਾਂ ਪਿੰਡਾਂ ਦੇ ਵਿੱਚ ਵੀ ਸਾਰਾ ਕੁਛ ਹੋ ਗਿਆ ਕੁਛ, ਸੋ ਸਾਡੇ ਵਾਸਤੇ ਸਾਰਾ ਕੁਛ ਵਧੀਆ। ਅਤੇ ਤੁਸੀਂ ਆਪਾਂ ਇਹ ਗੱਲ ਕਰੀਏ, ਅਸੀਂ ਘਰ ਲੈਣਾ ਹੋਵੇ ਅੱਜ, ਘਰ ਲੈਣ ਵੇਲੇ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ, ਮਤਲਬ ਕੀ ਚੀਜ਼ਾਂ, ਮਤਲਬ ਇਹ ਜਿੱਦਾਂ ਇਹਨਾਂ ਨੇ ਕਿਹਾ ਵੀ ਰਹਿਣ ਵਾਸਤੇ ਸਭ ਤੋਂ ਵਧੀਆ ਸ਼ਹਿਰ ਹੈਗਾ, ਵੀ ਰਹਿਣ ਵਾਸਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਆਲੇ ਦੁਆਲੇ ਹੋਣ ਤਾਂ ਅਸੀਂ ਉਸ ਸ਼ਹਿਰ ਨੂੰ ਵਧੀਆ ਮੰਨ ਸਕਦੇ ਹਾਂ। ਵੈਸੇ ਗੱਲ ਕਰੀਏ ਤਾਂ ਮੋਦੀ ਸਾਹਿਬ ਨੇ ਤਾਂ ਭਾਰਤ ਸਾਰਾ ਹੀ ਮੇਰਾ ਮਹਾਨ ਬਹੁਤ ਬਣਾਤਾ, ਪਰ ਉਸਦਾ ਸਿਸਟਮ ਜਿਹੜਾ ਉਹ ਬਿਲਕੁਲ ਨਹੀਂ ਬਣ ਸਕਿਆ। ਪਰ ਰਹਿਣ ਵਾਸਤੇ ਭਾਰਤ ਦੀ ਜੇ ਅਸੀਂ ਗੱਲ ਕਰੀਏ, ਸਾਨੂੰ ਚਲੋ ਜਿੱਥੇ ਅਸੀਂ ਰਹਿੰਦੇ ਸੀ ਉਹੀ ਸਾਡੇ ਵਾਸਤੇ ਸਵਰਗ ਬਣ ਜਾਂਦਾ, ਪੰਜਾਬ ਸਾਡਾ ਵੈਸੇ ਹੀ ਕਹਿੰਦੇ ਪਿੰਡਾਂ ਦੇ ਪੰਜਾਬ, ਪੰਜਾਬ ਦੇ ਪਿੰਡਾਂ 'ਚ ਤਾਂ ਵੈਸੇ ਹੀ ਰੱਬ ਵਾਸਦਾ ਸਾਰਾ ਹੀ ਵਧੀਆ। ਪਰ ਅਸੀਂ ਅੱਜ ਬਾਹਰਲੇ ਮੁਲਕਾਂ ਜਿਹੜੀ ਗੱਲ ਕਰਨੀ ਕਿ ਕੀ ਹੋਣਾ ਚਾਹੀਦਾ ਸੋਹਣਾ ਰਹਿਣ ਵਾਸਤੇ, ਸਭ ਤੋਂ ਵਧੀਆ ਜੇ ਪਿੰਡ ਹੈਗਾ ਕੋਈ ਸ਼ਹਿਰ ਹੈਗਾ ਤਾਂ ਉਹਦੇ 'ਚ ਕਿਹੜੀਆਂ ਕਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ। ਜਾਂ ਤੁਸੀਂ ਅੱਜ ਘਰ ਲੈਣ ਦਾ ਮੌਕਾ ਮਿਲੇ ਤਾਂ ਇਸ ਗੱਲ ਨੂੰ ਅਗਰ ਅਸੀਂ ਛੱਡ ਦਈਏ, ਨਹੀਂ ਇੱਥੇ ਮੁੰਡੇ ਨੇ ਘਰ ਲਿਆ ਤਾਂ ਇੱਥੇ ਰਹਿੰਦੇ ਹਾਂ, ਤੁਸੀਂ ਜੇ ਅਮਰੀਕਾ ਦੇ ਵਿੱਚ ਘੁੰਮੇ, ਕੈਨੇਡਾ 'ਚ ਘੁੰਮੇ, ਨਹੀਂ ਵੀ ਘੁੰਮੇ ਤਾਂ ਦੇਖਿਆ ਜ਼ਰੂਰ ਹੋਊਗਾ ਟੀ ਵੀ 'ਤੇ, ਵੀਡੀਓ 'ਤੇ, ਕਿਤੇ ਨਾ ਕਿਤੇ ਜੇ ਸੋਸ਼ਲ ਮੀਡੀਆ 'ਤੇ ਹੈਗੇ ਤਾਂ ਉੱਥੇ ਜ਼ਰੂਰ ਦੇਖਿਆ ਹੋਊਗਾ। ਸੋ ਕਿਹੜਾ ਸ਼ਹਿਰ ਇਸ ਤਰ੍ਹਾਂ ਸਾਨੂੰ ਇਹ ਚੁਣਨਾ ਚਾਹੀਦਾ, ਘਰ ਕਿਵੇਂ ਚੁਣਨਾ ਚਾਹੀਦਾ ਲੈਣ ਵੇਲੇ। ਅਕਸਰ ਅਸੀਂ ਦੇਖਦੇ ਹਾਂ ਸਾਡੇ ਬਾਹਲੇ ਪੰਜਾਬੀ ਜਿਹੜੇ ਦੇਖਦੇ ਨੇ, ਉਹ ਕਹਿੰਦੇ ਵੀ ਚਲੋ ਗੁਰੂ ਘਰ ਨੇੜੇ ਹੋਵੇ ਜੀ, ਉੱਥੋਂ ਪੈਦਲ ਜਾ ਸਕੀਏ ਕਿਉਂਕਿ ਬਜ਼ੁਰਗ ਜਿਹੜੇ ਸਾਡੇ ਗੱਡੀ ਨਹੀਂ ਚਲਾ ਸਕਦੇ, ਉੱਥੇ ਘਰ ਲੈ ਲਓ। ਕਿਸੇ ਦਾ ਹੁੰਦਾ ਕਿ ਮਾਰਕੀਟ ਨੇੜੇ ਹੋਵੇ ਤਾਂ ਉੱਥੇ ਘਰ ਲੈ ਲਓ, ਪਰ ਓਵਰਆਲ ਵਧੀਆ ਘਰ ਵਾਸਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਇਹ ਅਸੀਂ ਗੱਲ ਕਰਾਂਗੇ। ਅਤੇ ਇੱਕ ਆਹ ਜਿਹੜੇ ਘਰ ਦੁਨੀਆ ਦੇ ਸਭ ਤੋਂ ਵਧੀਆ ਸ਼ਹਿਰ ਹੈਗੇ ਨੇ, ਇਹਨਾਂ ਨੂੰ ਅਸੀਂ ਮੁਬਾਰਕਬਾਦ ਦਿੰਦੇ ਹਾਂ। ਭਾਰਤ ਦੇ ਜੇ ਤੁਸੀਂ ਮੰਨਦੇ ਹੋ, ਭਾਰਤ ਦਾ ਵੀ ਕੋਈ ਪੰਜਾਬ ਦਾ ਕੋਈ ਸ਼ਹਿਰ ਜਾਂ ਪਿੰਡ ਜਿਹੜਾ ਤੁਹਾਨੂੰ ਵਧੀਆ ਲੱਗਦਾ ਹੋਵੇ ਵੀ ਹਾਂ ਜੀ ਪੰਜਾਬ ਦਾ ਉਹ ਸ਼ਹਿਰ ਵਧੀਆ ਲੱਗਦਾ, ਇਸ ਪੱਖੋਂ ਵਧੀਆ ਲੱਗਦਾ, ਤਾਂ ਉਹਦਾ ਵੀ ਆਪਾਂ ਜ਼ਿਕਰ ਅੱਜ ਕਰ ਸਕਦੇ ਹਾਂ। ਵੈਸੇ ਸ਼ੁਗਲ ਮਿਲੇ ਤੌਰ 'ਤੇ ਕਿਉਂਕਿ ਵਧੀਆ ਜਿਹੜੇ ਘਰ ਹੈ, ਉਦੋਂ ਪਹਿਲਾਂ ਜਿਹੜੀ ਇੱਕ ਮੈਂ ਗੱਲ ਕਰਨੀ ਸੀ ਉਹ ਰਹਿ ਗਈ, ਉਹ ਆਪਾਂ ਕਰ ਹੀ ਲੈਂਦੇ ਵਿਸ਼ੇ ਦੇ ਜਾਣ ਤੋਂ ਪਹਿਲਾਂ। ਪਹਿਲਾਂ ਇੱਕ ਖਬਰ ਸੀ ਜੀ ਕਿ ਜੋ ਭਾਰਤ ਦੇ ਵਿੱਚ ਅਕਸਰ ਹੁੰਦਾ ਹੈ, ਮੈਂ ਹੈਰਾਨੀ ਵਾਲੀ ਖਬਰ ਹੈਗੀ ਆ ਵੀ ਜੈਪਾਲ ਭੁੱਲਰ ਅਤੇ ਜਸਵੀਰ ਜੱਸੀ ਇਨਕਾਊਂਟਰ 'ਚ ਕਲਕੱਤੇ ਮਾਰੇ ਨੇ ਇਨਕਾਊਂਟਰ ਦੇ ਵਿੱਚ। ਇਹ ਸਰਕਾਰਾਂ ਕੀ ਕਰਦੀਆਂ, ਪਹਿਲਾਂ ਜਦੋਂ ਬੰਦੇ ਦਾ ਇਨਕਾਊਂਟਰ ਬਣਾਉ ਉਦੋਂ ਪਹਿਲਾਂ ਹਾਈਲਾਈਟ ਕਰਦੀਆਂ ਨੇ, ਅਤੇ ਮੁੱਕ ਦੀ ਗੱਲ ਇਹੀ ਹੈ ਵੀ ਜਦੋਂ ਇਹ ਜਵਾਬ ਦੇਣਾ ਸ਼ੁਰੂ ਕਰ ਦਿੰਦੇ ਨੇ ਲੀਡਰਾਂ ਨੂੰ ਜਿਹਨਾਂ ਵਾਸਤੇ ਕੰਮ ਕਰਦੇ ਨੇ, ਜਦੋਂ ਉਹਨਾਂ ਨੂੰ ਲੱਗਦਾ ਵੀ ਹੱਥੋਂ ਬਾਹਰ ਨਿਕਲ ਗਿਆ ਤਾਂ ਉਦੋਂ ਇਨਕਾਊਂਟਰ ਕਰ ਦਿੰਦੇ। ਇਹਦੀ ਜਿੰਦੀ ਜਾਗਦੀ ਮਿਸਾਲ ਜਿਹੜੀ ਹੈ ਇਹ ਹੈਗੀ ਆ ਇਹਨਾਂ ਦੋਹਾਂ ਦਾ, ਜਦੋਂ ਜਿੱਥੇ ਇੰਟਰਕਾਊਂਟਰ ਹੋਇਆ ਇਨਕਾਊਂਟਰ ਹੋਇਆ, ਜੇ ਸਾਡੇ ਦਰਸ਼ਕਾਂ ਨੇ ਫੋਟੋਆਂ ਦੇਖੀਆਂ ਹੁਣ ਉਹਦੀਆਂ ਕਿਤੇ ਖਬਰਾਂ ਦੇ ਵਿੱਚ, ਅਤੇ ਇੱਕ ਛੋਟਾ ਜਿਹਾ ਕਮਰਾ ਕਲਕੱਤੇ ਦੇ ਵਿੱਚ, ਉਹਦੇ 'ਚ ਛੋਟਾ ਜਿਹਾ ਇੱਕ ਬੈੱਡ ਲੱਗਾ ਅਤੇ ਉਹਦੇ 'ਤੇ ਪਏ ਨੇ ਸੁੱਤੇ ਰਾਤ ਨੂੰ ਬੰਦੇ, ਸੁੱਤੇ ਪਏ ਜਾ ਕੇ ਮਾਰੇ ਆ ਵੀ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਸਕਦੇ ਸੀ, ਪਰ ਗ੍ਰਿਫਤਾਰ ਕਰਕੇ ਪੰਗਾ ਪਾਉਣਾ ਸੀ ਇਹਨਾਂ ਨੇ, ਉਹਨਾਂ ਨੇ ਕੀ ਪਤਾ ਹੁਣ ਕਿਹਦਾ ਕਿਹਦਾ ਨਾਂ ਲੈਣਾ ਸੀ, ਮੁੜ ਕੇ ਵੇਖ ਦਿੱਤਾ ਇਹਦੇ ਵਾਸਤੇ ਵੀ ਕੰਮ ਕੀਤਾ, ਉਹਦੇ ਵਾਸਤੇ ਵੀ ਕੰਮ ਕੀਤਾ। ਸੋ ਇਹ ਸਾਡੇ ਭਾਰਤ ਦਾ ਇੱਕ ਹੋਰ ਮਿਸਾਲ ਜਿਹੜੀ ਹੈ ਇਹ ਸਾਹਮਣੇ ਤਾਜ਼ੀ ਆਈ ਹੈ ਵੀ ਉਹਨਾਂ ਨੂੰ ਆਰਾਮ ਦੇ ਨਾਲ ਗ੍ਰਿਫਤਾਰ ਕਰਕੇ ਉਹਨਾਂ ਕੋਲ ਪੁੱਛ ਗਿੱਛਾਰੀ ਕਰ ਸਕਦੀ ਸੀ ਪੁਲਿਸ ਜੇ ਚਾਹੁੰਦੀ, ਪਰ ਉਹਨਾਂ ਨੇ ਉਹਨਾਂ ਨੂੰ ਸੁੱਤਿਆਂ ਪਿਆਂ ਦਾ ਐਨਕਾਊਂਟਰ ਬਣਾ ਤਾ, ਹਾਲਾਂਕਿ ਉਹ ਵਿਚਾਰੇ ਨਾਈਟ ਕੱਪੜਿਆਂ ਦੇ ਵਿੱਚ ਕੱਛੇ ਬਣਾਉਣ ਦੇ ਵਿੱਚ ਹੀ ਪਏ ਆ, ਅਤੇ ਉਹਨਾਂ ਨੂੰ ਹੱਥ ਕੜੀ ਵੀ ਲੱਗ ਸਕਦੀ, ਸੌਖੀ ਹਥਿਆਰ ਵੀ ਕੋਈ ਨਹੀਂ ਸੀ ਉਹਨਾਂ ਕੋਲ। ਪਰ ਜਿਹੜਾ ਭਾਰਤ ਦਾ ਸਿਸਟਮ ਇੱਕ ਵਾਰ ਫਿਰ ਇਹ ਦੱਸਦਾ ਕਿ ਉੱਥੇ ਜਿੰਨੀ ਦੇਰ ਤੁਸੀਂ ਲੀਡਰਾਂ ਦੇ ਵਾਸਤੇ ਕੰਮ ਕਰੀ ਜਾਂਦੇ ਹੋ ਅਤੇ ਉੱਨੀ ਦੇਰ ਤੁਹਾਡੀ ਵਾਹ ਵਾਹ ਵਾ, ਅਤੇ ਨਹੀਂ ਤਾਂ ਫਿਰ ਜਾ ਵਾ ਉੱਪਰ ਭੇਜ ਦਿੰਦੇ ਨੇ। ਸੋ ਇਹ ਗੱਲਾਂ ਪਤਾ ਜੇ ਹੈਗੀਆਂ, ਪਰ ਵਿਸ਼ਾ ਆਪਾਂ ਘਰ ਦੀ ਗੱਲ ਕਰਾਂਗੇ ਜੀ, ਕਿਉਂਕਿ ਘਰ ਹਰ ਬੰਦਾ ਚਾਹੁੰਦਾ, ਹਰ ਬੰਦੇ ਦਾ ਸੁਪਨਾ ਹੁੰਦਾ ਮੇਰਾ ਇੱਕ ਘਰ ਹੋਵੇ ਅਤੇ ਪਰਿਵਾਰ ਹੋਵੇ। ਸੋ ਘਰ ਲੈਣ ਵਾਸਤੇ ਸਾਨੂੰ ਕਿਹਨਾਂ ਕਿਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ, ਇਹ ਮੇਰਾ ਅੱਜ ਦਾ ਵਿਸ਼ਾ। ਕੀ ਸੋਹਣਾ ਦੇਖਣਾ ਚਾਹੀਦਾ ਉਸ ਏਰੀਏ ਦੇ ਵਿੱਚ, ਕੀ ਵਧੀਆ ਹੋਣਾ ਚਾਹੀਦਾ ਕਿ ਉਸ ਏਰੀਏ 'ਚ ਆਪਾਂ ਘਰ ਲੈ ਲਈਏ, ਕਿਉਂਕਿ ਘਰ ਅੱਜ ਕੱਲ੍ਹ ਬਹੁਤ ਲੋਕ ਲੈ ਰਹੇ ਆ, ਤੜਾ ਧੜ ਘਰ ਲੈ ਰਹੇ ਨੇ, ਲੱਭ ਰਹੇ ਨੇ, ਮਿਲਦੇ ਨਹੀਂ ਹੈਗੇ। ਸੋ ਅੱਜ ਇਹ ਗੱਲ ਕਰਾਂਗੇ, ਕਾਰਨ ਕੀ ਹੈ ਕਿ ਜਿਹੜੇ ਦੁਨੀਆ ਦੇ ਸਭ ਤੋਂ ਵਧੀਆ 10 ਸ਼ਹਿਰ ਹੈਗੇ ਨੇ ਉਹ ਮੈਂ ਤੁਹਾਨੂੰ ਦੱਸਦੇ ਆ, ਬਾਕੀ ਹੁਣ ਤੁਸੀਂ ਦੱਸਣੇ ਆ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਹਾਜ਼ਰਾ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ, ਔਰ ਗੱਲਾਂ ਅੱਜ ਵੀ ਕਾਫੀ ਡੂੰਘੀਆਂ ਨੇ ਕਹਿ ਸਕਦੇ ਇਹ ਗੱਲਾਂ, ਕਿ ਕੁਛ ਲੋਕ ਕੁਛ ਸੋਚਦੇ ਨੇ, ਕੁਛ ਸੋਚਦੇ ਨੇ, ਅਤੇ ਇੱਕ ਖਾਸ ਵਿਸ਼ਾ ਹੈਗਾ ਕੁਛ ਲੋਕ ਜਿਹੜਾ ਕਿ ਸਾਨੂੰ ਸੋਚਣਾ ਚਾਹੀਦਾ। ਪੰਜਾਬੀਆਂ ਦੀ ਗੱਲ ਕਰੀਏ, ਉਹ ਚੀਜ਼ ਕੋਈ ਸੋਚਦਾ ਹੀ ਨਹੀਂ ਹੈ, ਉਹ ਕਿੰਨੀ ਕੁ ਸੋਚਣੀ ਚਾਹੀਦੀ, ਨਹੀਂ ਸੋਚਣੀ ਚਾਹੀਦੀ, ਇਹ ਤੁਸੀਂ ਦੱਸ ਸਕਦੇ ਹੋ।
ਮੇਰਾ ਕਹਿਣ ਤੋਂ ਭਾਵ ਇਹ ਹੈਗਾ ਕਿ ਜਦੋਂ ਨਿਆਣੇ ਨਿੱਕੇ ਆ ਜਾਂ ਨਿਆਣੇ ਹਜੇ ਪੈਦਾ ਹੋਣ ਵਾਲੇ ਹੈਗੇ ਆ ਅਤੇ ਕੋਈ ਗਾਂਹ ਵਿਆਹ ਵਿਹੂ ਹਜੇ ਨਵਾਂ ਨਵਾਂ ਹੋਇਆ ਜਾਂ ਹੋਣ ਵਾਲਾ, ਅਤੇ ਮੇਰੇ ਹਿਸਾਬ ਨਾਲ ਇਹ ਸੀਗੀ ਸੋਚ ਕਿ ਸਾਨੂੰ ਸਭ ਤੋਂ ਪਹਿਲਾਂ ਸਕੂਲ ਦੇਖਣਾ ਚਾਹੀਦਾ, ਘਰ ਲੈਣ ਵਾਲੇ ਸਕੂਲ ਕਿਹੜਾ ਐਜੂਕੇਸ਼ਨ ਜਿੱਥੋਂ ਬੱਚਾ ਲੈ ਸਕੇ। ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਵੀ ਅਤੇ ਇੱਥੋਂ ਦੀ ਗੱਲ ਕਰੀਏ ਤਾਂ ਇੱਥੇ ਵੀ ਸਕੂਲ ਦਾ ਗ੍ਰੇਡ ਕੀ ਹੈ ਜਿਹੜਾ ਘਰ ਦੇ ਨੇੜੇ, ਇਹ ਆਪਾਂ ਮੇਰੇ ਖਿਆਲ ਨਹੀਂ ਕਦੇ ਕਿਸੇ ਨੇ ਸੋਚਿਆ ਹੋਊਗਾ। ਪਰ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਕਿ ਨਿਆਣਿਆਂ ਦੀ ਟੈਨਸ਼ਨ ਨਹੀਂ ਲੈਣੀ ਚਾਹੀਦੀ, ਇੱਥੇ ਅਮਰੀਕਾ ਦੇ ਹਿਸਾਬ ਨਾਲ ਤਾਂ ਇਹ ਸੋਚ ਹੈ। ਤੁਹਾਡੀ ਕੀ ਸੋਚ ਹੈ ਤੁਸੀਂ ਦੱਸ ਸਕਦੇ ਹੋ, ਪਰ ਉਸ ਤੋਂ ਪਹਿਲਾਂ ਦਵਿੰਦਰ ਹੋਠੀ ਸਾਹਿਬ ਹੈਗੇ ਨੇ ਸਾਡੇ ਨਾਲ, ਥੋੜ੍ਹੀ ਦੇਰ ਇਹਨਾਂ ਨਾਲ ਸ਼ੁਗਲ ਮਿਲਾ ਕਰਦੇ ਹਾਂ ਅਤੇ ਫਿਰ ਆਪਾਂ ਤੁਹਾਡੀਆਂ ਕਾਲਾਂ ਸਿਲਸਿਲਾ ਸ਼ੁਰੂ ਕਰ ਲਾਂਗੇ। ਹਾਂਜੀ ਦਵਿੰਦਰ ਜੀ, ਸਤਿ ਸ਼੍ਰੀ ਅਕਾਲ, ਸਵਾਗਤ। ਸਤਿ ਸ਼੍ਰੀ ਅਕਾਲ ਭਾਅ ਜੀ, ਥੈਂਕ ਯੂ ਬਹੁਤ ਬਹੁਤ। ਕੀ ਹਾਲ ਚਾਲ ਹੈ ਜੀ? ਮੈਂ ਲਿਸਟ ਗਿਣੀ ਹੈ ਦੁਨੀਆ ਦੇ ਸਭ ਤੋਂ 10 ਵਧੀਆ ਸ਼ਹਿਰ ਜਿਹੜੇ ਹੈਗੇ ਨੇ ਜੀ। ਦੇਖੋ ਦੁਨੀਆ ਦੇ 10 ਵਧੀਆ ਸ਼ਹਿਰ ਤੇ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਆ ਗਿਆ ਨਾ, ਪਰ ਮੈਂ ਦੇਖਦਾ ਸੀ ਲਿਸਟ ਜਿਹੜੇ ਕਿ ਅਮਰੀਕਾ ਦੇ ਵਿੱਚ ਸਭ ਤੋਂ ਪੋਲੂਟਡ ਸ਼ਹਿਰ ਜਦੋਂ ਆਪਾਂ ਦੇਖੀ ਜਾਣਾ ਯੂਨਾਈਟਿਡ ਸਟੇਟ 'ਚ, ਉਹਦੇ ਵਿੱਚੋਂ ਪਹਿਲੇ 4 ਆਪਣੇ ਕੈਲੀਫੋਰਨੀਆ ਦੇ ਹੀ ਆ। ਅੱਛਾ, ਹਾਂ ਇਹ ਵੀ ਇੱਕ ਹੋਇਆ ਸੱਚ ਸਰਵੇ ਹੈ ਨਾ, ਵੀ ਸਿਟੀ ਜਿਹੜਾ ਮਤਲਬ ਕਿ ਰਹਿਣ ਦੇ ਕਾਬਲ ਨਹੀਂ ਹੈਗੇ, ਅਮਰੀਕਾ ਦਾ ਹੋਇਆ ਇਕੱਲਾ ਇੱਕ, ਹੁਣ ਮਾੜਾ ਹੋਰ ਰੱਖ ਦਿਓ ਅੰਦਰ, ਇਹ ਅਮਰੀਕਾ ਦਾ ਹੀ ਵੀ ਹੋਇਆ ਕੋਈ ਸਰਵੇ ਇਸ ਤਰ੍ਹਾਂ ਦਾ? ਉਹਦੇ ਵਿੱਚ ਇੱਦਾਂ ਦਾ ਹੋਇਆ ਵੀ ਲੋਕਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਤੇ ਕਿੱਥੇ ਵੇਟ ਘੱਟ ਕਰਨਾ ਚਾਹੁੰਦੇ ਆ, ਕਿਹੜਾ ਸ਼ਹਿਰ ਤੁਹਾਨੂੰ ਲੱਗਦਾ ਇੱਥੇ ਤੁਸੀਂ ਨਹੀਂ ਜਾਣਾ ਚਾਹੁੰਦੇ? ਉਹਦੇ ਵਿੱਚੋਂ ਜਿਹੜਾ ਪਹਿਲੇ ਨੰਬਰ ਤੇ ਕਹਿੰਦੇ ਆ ਵਹੀਕਲ ਸਪੀਡ, ਲੋਕੀ ਕਹਿੰਦੇ ਕੋਈ ਕਹਿੰਦਾ ਸਾਡਾ ਸਿਰ ਦੁਖਣ ਲੱਗ ਪੈਂਦਾ, ਕੋਈ ਕਹਿੰਦਾ ਉੱਥੇ ਜਾ ਕੇ ਘਬਰਾਹਟ ਪੈਂਦੀ ਆ। ਅੱਛਾ, ਤੇ ਉੱਦਾਂ ਜਦੋਂ ਫਿਰ ਪੋਲੂਸ਼ਨ ਦਾ ਕਰਕੇ ਉੱਦਾਂ ਜਦੋਂ ਤੁਸੀਂ ਦੇਖਦੇ ਨਾ ਗੂਗਲ ਦੇ ਉੱਤੇ ਵੀ ਪੋਲੂਟਡ ਸ਼ਹਿਰ ਕਿਹੜੇ ਆ, ਸਭ ਤੋਂ ਉਹ ਸਾਰੇ ਲਾਗੇ ਲਾਗੇ ਜਿੰਨੇ ਪਹਿਲਾਂ ਐਲ ਏ ਆ ਜਾਂਦਾ, ਫਿਰ ਵਹੀਕਲ ਸਪੀਡ, ਫਿਰ ਵਸੇਲੀ ਆ, ਉਹ ਨਾਲ ਨਾਲ ਹੀ ਆ ਸਾਰੇ ਲਾਗੇ ਲਾਗੇ, ਉਹ ਏਰੀਆ ਹੀ ਸਾਰਾ ਉੱਧਰ ਦਾ ਨਾ ਥੋੜ੍ਹਾ ਜਿਹਾ ਉਹਨੂੰ ਹੈਗਾ ਆ। ਤੇ ਬਾਕੀ ਜਿਹੜੀ ਤੁਸੀਂ ਗੱਲ ਕਰਦੇ ਸੀ, ਸਿਆਣੀ ਗੱਲ ਕਰਦੇ ਸੀ ਵੀ ਘਰ ਲੈਣ ਤੋਂ ਪਹਿਲਾਂ ਕੀ ਦੇਖਣਾ ਚਾਹੀਦਾ ਆਪਾਂ ਨੂੰ, ਦੇਖੋ ਭਾਜੀ ਮੈਨੂੰ ਵੀ ਥੋੜ੍ਹੀ ਜਿਹੀ ਹੈਗਾ ਸ਼ੋਲ ਮੇਲੇ ਆਉਂਦਾ ਹੁੰਦਾ, ਪਰ ਅੱਜ ਮੈਨੂੰ ਵੀ ਥੋੜ੍ਹੀ ਜਿਹੀ ਸਿਆਣਪ ਜੀ ਫੁੱਟਣ ਲੱਗੀ ਆ, ਕਰ ਲਵਾਂ। ਅੱਛਾ, ਤੇ ਦੇਖੋ ਜਿੱਦਾਂ ਨਾ ਤੁਸੀਂ ਦੱਸਿਆ ਵੀ ਸਕੂਲ ਦੇਖਣੇ ਚਾਹੀਦੇ ਆ, ਬੜੀ ਵਧੀਆ ਗੱਲ ਆ, ਬੱਚਿਆਂ ਲਈ ਸਕੂਲ, ਸਿਆਣਿਆਂ ਵਾਸਤੇ ਹੋਸਪਿਟਲ ਵੀ, ਸਭ ਕੁਛ ਆਪਾਂ ਨੂੰ ਲਾਗੇ ਲਾਗੇ ਵੀ ਕਿੰਨਾ ਵੀ ਵਧੀਆ ਮਿਲ ਗਿਆ ਹੈ ਨਾ। ਪਰ ਜਿਹੜੀ ਸਭ ਤੋਂ ਪਹਿਲਾਂ ਚੀਜ਼ ਦੇਖਣੀ ਚਾਹੀਦੀ ਆ, ਉਹ ਦੇਖਣੀ ਚਾਹੀਦੀ ਤੁਹਾਨੂੰ ਆਪਣੀ ਜੇਬ। ਅੱਛਾ, ਨਹੀਂ ਨਹੀਂ ਆਪਾਂ ਚਲੋ ਜੇਬ ਵਾਲੀ ਗੱਲ ਛੱਡ ਦਿੰਦੇ ਹਾਂ, ਆਪਾਂ ਗੱਲ ਕਰਦੇ ਵੀ ਇੰਨੀ ਕੁ ਮਿਹਰ ਹੀ ਕਿਰਪਾ ਹੋ ਗਈ ਪਰਮਾਤਮਾ ਦੀ, ਇੰਨੀ ਕੁ ਹੋ ਗਈ ਤੁਸੀਂ ਆਪਣੀ ਮਨ ਮਰਜ਼ੀ ਕਹਿ ਸਕਦੇ, ਚਾਹੇ ਤੁਸੀਂ ਬੇ ਏਰੀਏ 'ਚ ਪਹਾੜਾਂ 'ਤੇ ਘਰ ਲੈ ਲਓ, ਚਾਹੇ ਸਨ ਫਰਾਂਸਿਸਕੋ ਦੁਨੀਆ ਦਾ ਸਭ ਤੋਂ ਮਹਿੰਗਾ ਸ਼ਹਿਰ ਹੈ ਸਨ ਫਰਾਂਸਿਸਕੋ। ਬਾਕੀ ਬਿਲਕੁਲ ਜੀ, ਉੱਥੇ ਬੰਦੇ ਹੀ ਰਹਿੰਦੇ ਆ, ਉੱਥੇ ਕਿਹੜੇ ਮਿਲ ਗਏ ਹੁਣ। ਹਾਂ ਤਾਂ ਦੀਦੀ ਮਤਲਬ ਆਪਾਂ ਇਹ ਗੱਲ ਕਰਦੇ ਜਦੋਂ ਮਨਪਸੰਦ ਦੀ ਗੱਲ ਆਉਂਦੀ ਹੈ, ਮਨਪਸੰਦ ਤਾਂ ਹੀ ਹੋ ਸਕਦਾ ਜੇ ਤੁਹਾਡੀ ਜੇਬ ਠੀਕ ਹੈ, ਅਤੇ ਜੇ ਆਪਾਂ ਗੱਲ ਕਰਦੇ ਵੀ ਤੁਹਾਡਾ ਠੀਕ ਹੈ ਜੀ, ਤੁਸੀਂ ਆਪਣੀ ਜਿੰਨਾ ਮਰਜ਼ੀ ਮਿਲੀਅਨ, 2 ਮਿਲੀਅਨ, 4 ਮਿਲੀਅਨ ਦਾ ਘਰ ਲੈ ਸਕਦੇ ਹੋ ਜੀ, ਉਹ ਬਿਲਕੁਲ ਕਲੀਅਰ ਹੋ ਗਿਆ ਨਾ। ਪਹਿਲਾਂ ਜੇ ਇਹ ਗੱਲ ਜੇ ਵਾਲੀ ਕਲੀਅਰ ਨਾ ਹੁੰਦੀ ਤੇ ਅਸਰ ਗਲਤ ਹੋ ਜਾਣਾ ਸੀ ਵੀ ਆਪਾਂ ਸਕੂਲ ਹੀ ਦੇਖਣ ਤੁਰ ਪਈਏ ਜਾਂ ਆਪਾਂ ਵਧੀਆ ਜੀਤ, ਜੇ ਉੱਥੇ ਕੈਫਟੀ ਨਾ ਦੇ ਹੋਈ ਤਾਂ ਆਪਾਂ ਕਰਨਾ ਜੀ। ਹਾਂ ਇਹ ਗੱਲ ਹੈ ਵੀ ਜੇ ਤੁਹਾਡੀ ਜੇ ਵੀ ਇਜਾਜ਼ਤ ਦਿੰਦੀ ਆ ਨਾ, ਫਿਰ ਆਪਾਂ ਨੂੰ ਸਾਰੀਆਂ ਚੀਜ਼ਾਂ ਡੈਫੀਨੇਟਲੀ। ਚਲੋ ਜਿੱਦਾਂ ਲੋਕਾਂ ਦਾ ਇਹ ਵੀ ਮੰਨਣਾ ਵੀ ਬੱਚਿਆਂ ਦੀ ਇੱਥੇ ਟੈਨਸ਼ਨ ਛੱਡ ਦਿਓ, ਇਹ ਵੀ ਮੰਨਣਾ ਕਹੇਗਾ ਜਿੱਦਾਂ ਤੁਸੀਂ ਦੱਸਿਆ, ਪਰ ਫਿਰ ਵੀ ਜੇਕਰ ਤੁਸੀਂ ਲੈਣਾ ਤਾਂ ਤੁਹਾਨੂੰ ਇਹ ਚੀਜ਼ਾਂ ਲਾਗੇ ਲਾਗੇ ਦੇਖਣੀਆਂ ਤੇ ਚਾਹੀਦੀਆਂ ਜਿੱਥੇ ਤੁਹਾਨੂੰ ਈਜੀ ਐਕਸੈਸ ਹੋਵੇ, ਹੈ ਨਾ। ਪਰ ਤੁਸੀਂ ਲਾਗੇ ਸਕੂਲ ਚੰਗੇ ਹੋਣ ਉੱਥੇ ਛੱਡਦੇ ਵੀ, ਹੁਣ ਸਕੂਲ ਦਾ ਵੀ ਫਰਕ ਹੁੰਦਾ, ਬੱਚਿਆਂ ਦੀ ਟੈਨਸ਼ਨ ਲੈਣੀ ਵੀ ਕਿੱਦਾਂ ਨਹੀਂ, ਤੁਸੀਂ ਉਹੋ ਜਿਹੇ ਏਰੀਆ 'ਚ ਬਿਲਕੁਲ ਰਹਿੰਦੇ ਆ ਜਿੱਥੇ ਤੁਸੀਂ ਬਿਲਕੁਲ ਮਿਨੋਰਟੀ ਦੇ ਵਿੱਚ ਆ, ਹੈ ਨਾ। ਕੋਈ ਤੁਹਾਡਾ ਇਕੱਲਾ ਬੱਚਾ ਸਕੂਲ 'ਚ ਵੀ ਉੱਥੇ ਬੱਚਿਆਂ ਨਾਲ ਬੋਲੀ ਹੁੰਦੀ ਆ, ਉਹ ਸਾਰੀਆਂ ਚੀਜ਼ਾਂ ਦੇਖਣੀਆਂ ਬਣਦੀਆਂ। ਇਹ ਨਹੀਂ ਆਪਾਂ ਕਹਿ ਸਕਦੇ ਬੱਚਿਆਂ ਦੀ ਟੈਨਸ਼ਨ ਛੱਡ ਦਿਓ, ਇਗਨੋਰ ਨਹੀਂ ਕਰ ਸਕਦੇ, ਉਹ ਬੜਾ ਜ਼ਰੂਰੀ ਹੈ। ਮੈਂ ਇੱਥੋਂ ਤੱਕ ਵੀ ਜਿੰਨਾ ਵਜੇ ਤੁਹਾਨੂੰ ਲੱਗਦਾ ਵੀ ਬੱਚਿਆਂ ਦਾ ਉੱਥੇ ਨਹੀਂ ਸਿੱਟਦੇ, ਤੁਹਾਨੂੰ ਭਾਵੇਂ ਟੈਂਪਰੇਰੀ ਮੂਵ ਵੀ ਹੋਣਾ ਪਵੇ ਤਾਂ ਹੋ ਜਾਓ। ਹਾਂ, ਅਤੇ ਸੋ ਨਹੀਂ ਵੈਸੇ 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 ਦਵਿੰਦਰ ਇੱਕ ਮਿੰਟ, ਕਿੰਨੇ ਕੁ ਪਰਸੈਂਟ ਲੋਕ ਇਹ ਸੋਚ ਕੇ ਘਰ ਖਰੀਦਦੇ ਆ ਵੀ ਸਾਡਾ ਇੱਥੇ ਬੱਚੇ ਅਗਰ ਛੋਟੇ ਆ ਤਾਂ ਬੱਚਿਆਂ ਦਾ ਕੀ ਭਵਿੱਖ ਆ? ਕਿੰਨੇ ਕੁ ਲੋਕ ਮੇਰਾ ਤਾਂ ਖਿਆਲ ਜ਼ਿਆਦਾਤਰ ਜੇਬ ਦੇਖ ਕੇ ਹੀ ਸੋਚਦੇ ਆ, ਅਤੇ ਜੇਬ ਜੇਬ ਭਾਜੀ ਦੇਖੋ ਬੱਚਿਆਂ ਦਾ ਤਾਂ ਹਰ ਕੋਈ ਸੋਚਦਾ, ਇਹ 'ਚ ਨੋ ਡਾਊਟ, ਹਰ ਬੰਦਾ ਸੋਚਦਾ ਕਿ ਜਿਹੜੇ ਬੱਚੇ ਛੋਟੇ ਆ ਨਾ ਉਹ ਬੰਦਾ ਡੈਫੀਨੇਟਲੀ ਸੋਚਦਾ ਹੀ ਸੋਚਦਾ, ਪਰ ਮੈਂ ਜਿਹੜੀ ਫਿਰ ਉਹ ਗੱਲ ਮਜਬੂਰੀ ਆ ਜਾਂਦੀ ਜੇਬ। ਮਾੜਾ ਹੋਲਡ ਰੱਖਿਓ, ਮਾੜਾ ਹੋਲਡ ਰੱਖਿਓ, ਮਾੜਾ ਜਿਹਾ ਹੋਲਡ ਰੱਖਿਓ ਅੱਜ, ਅਤੇ ਹਾਂਜੀ ਦਵਿੰਦਰ ਜੀ ਹੁਣ ਆਪਾਂ ਕੰਟੀਨਿਊ ਕਰਾਂਗੇ, ਹੁਣ ਕਾਰ ਮੈਂ ਵਿੱਚੋਂ ਹੋਲਡ ਨਹੀਂ ਕਰਦਾ ਫਿਰ ਗੱਲ ਦਾ। ਹਾਂਜੀ ਜੀ ਜੀ ਜੀ, ਅਤੇ ਬਾਕੀ ਜਿੱਦਾਂ ਤੁਸੀਂ ਦੱਸਿਆ ਵੀ ਜਦੋਂ ਤੁਸੀਂ ਲੌਂਗ ਟਰਮ ਰਹਿਣਾ, ਅਤੇ ਜਿੱਦਾਂ ਹੁਣ ਆਪਾਂ ਉੱਥੋਂ ਪਿੰਡਾਂ ਦੇ ਵਿੱਚੋਂ ਆਏ ਹਾਂ ਜਾਂ ਕੋਈ ਦਿੱਲੀ ਵਰਗੇ ਪੋਲੂਟਡ ਸ਼ਹਿਰ ਦੇ ਵਿੱਚੋਂ ਆ ਗਿਆ, ਉਹ ਤਾਂ ਹੁਣ ਉਹਨੂੰ ਤਾਂ ਬੇਕਰ ਫੀਲ ਨੇ ਕੀ ਕਹਿਣਾ ਆ ਗਏ, ਹੈ ਨਾ, ਜਿੱਥੇ ਮਰਜ਼ੀ ਰਹਿ ਲਵੇ। ਪਰ ਵੀ ਇਹ ਆ ਵੀ ਜੇ ਤੁਹਾਡੀ ਉਹ ਸਿਹਤ ਇਜਾਜ਼ਤ ਨਹੀਂ ਦਿੰਦੀ ਵੀ ਤੁਹਾਨੂੰ ਇਹ ਵੀ ਦੇਖਣਾ ਪੈਣਾ ਵੀ ਤੁਸੀਂ ਜੇ ਤੁਹਾਨੂੰ ਆਸਮਾ ਵਗੈਰਾ ਆ ਜਾਂ ਕੁਛ ਇੱਦਾਂ ਦੀ ਬਿਮਾਰੀ ਆ, ਤੁਸੀਂ ਕਿੱਥੋਂ ਦੂਰ ਰਹਿ ਸਕਦੇ ਆ, ਹੈ ਨਾ, ਕਿੱਥੇ ਤੁਹਾਡੇ ਵਾਸਤੇ ਠੀਕ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਬੰਦੇ ਨੂੰ ਦੇਖਣੀਆਂ ਚਾਹੀਦੀਆਂ। ਅੱਛਾ, ਜੇ ਮੰਨ ਲਓ ਦਵਿੰਦਰ ਨੂੰ ਮੌਕਾ ਮਿਲਦਾ ਵੀ ਆਪਣੇ ਮਨਪਸੰਦ ਦਾ ਘਰ ਲੈ ਲਓ, ਭਾਵੇਂ
ਅਤੇ ਆਹ ਜਿਹੜੇ 10 ਸ਼ਹਿਰ ਆਏ ਨੇ ਦੁਨੀਆ ਦੇ, ਆਸਟ੍ਰੇਲੀਆ ਦੇ ਵਿੱਚ ਜ਼ਿਆਦਾ ਨੇ ਅਤੇ ਨਿਊਜ਼ੀਲੈਂਡ ਦੇ ਵਿੱਚ ਜ਼ਿਆਦਾ ਨੇ, ਇਹਨਾਂ 'ਚ ਰਹਿਣਾ ਪਸੰਦ ਕਰੋਗੇ? ਇੱਥੇ ਹੀ ਠੀਕ ਹੈ ਬੇਰੀਆ? ਆਪਾਂ ਜਿੱਥੇ ਰਹਿੰਦੇ ਹਾਂ ਕਿ ਸਾਨੂੰ ਹੋ ਜੇ ਇੱਥੇ ਹੀ ਰਹਾਂਗੇ ਬਾਈ, ਬਹੁਤ ਵਧੀਆ ਇਹੀ ਲੱਗਾ, ਇਹੀ ਆਸਟ੍ਰੇਲੀਆ ਨਿਊਜ਼ੀਲੈਂਡ। ਹਾਂ ਦੁਨੀਆ ਆਪਾਂ ਵੀ ਤੇਰੀ, ਮੈਂ ਵੀ ਤੇਰੀ ਘੁੰਮ ਕੇ ਦੇਖੀ ਹੈ, ਪਰ ਮੈਨੂੰ ਤਾਂ ਜਿੱਦਾਂ ਲਾ ਪਾ ਜੇ ਇਹ ਜਿਹੜਾ ਆ, ਜੇ ਪੈਸੇ ਆ ਗਏ ਉਨੇ ਕੁ ਤਾਂ ਇੱਥੇ ਰਹਿਣ ਵਾਸਤੇ ਡੈਫੀਨੇਟਲੀ ਇੱਥੇ ਹੀ ਲਊਂਗਾ। ਆਹੋ ਭਾਈ, ਲੱਗਦਾ ਨਹੀਂ ਕਿੱਥੇ ਲੈ ਆਉਣਾ, ਉਹ ਵੱਖਰੀ ਗੱਲ ਹੈ। ਨਹੀਂ ਨਹੀਂ, ਜੇ ਪੈਸੇ ਪੂਏ ਆ ਗਏ ਤਾਂ ਫਿਰ ਇਹ ਹੈ ਵੱਧ ਤੋਂ ਵੱਧ ਸਨ ਫ੍ਰਾਂਸਿਸਕੋ ਪਹਾੜਾ ਪੂੜਾ 'ਤੇ ਘਰ ਲੈ ਲਓ, ਹੋਰ ਕੀ ਉੱਥੇ। ਉਹ ਜ਼ਿਆਦਾ ਭੀੜਾ ਉੱਥੇ, ਬੜਾ ਜ਼ਿਆਦਾ ਰੱਛ ਆ ਸਨ ਫ੍ਰਾਂਸਿਸਕੋ, ਜ਼ਿਆਦਾ ਭੀੜਾ। ਅੱਛਾ, ਉੱਧਰੋਂ ਇੱਧਰਲੇ ਪਾਸੇ ਨੂੰ ਠੀਕ ਆ, ਖੁੱਲ੍ਹਾ ਖੁੱਲ੍ਹਾ ਜਿਹਾ। ਅਤੇ ਅੱਛਾ ਜੀ, ਇੱਕ ਤਾਂ ਇੱਕ ਆਪਾਂ ਇੱਕ ਸਵਾਲ ਹੋਰ ਕਰਕੇ ਤੁਹਾਡੇ ਨਾਲ, ਤਾਂ ਫਿਰ ਆਪਾਂ ਕਵਿਤਾ ਵਾਲੇ ਪਾਸੇ ਚੱਲਾਂਗੇ। ਜੇ ਭਾਰਤ ਦੀ ਗੱਲ ਕਰੀਏ, ਕਿਹੜੇ ਸ਼ਹਿਰ ਹੋ ਸਕਦਾ, ਪੰਜਾਬ ਦੀ, ਭਾਰਤ ਵੀ ਛੱਡੋ, ਪੰਜਾਬ ਦੇ ਕਿਹੜੇ ਸ਼ਹਿਰ ਹੋ ਸਕਦੇ ਜੀ ਜਿਹੜੇ ਇਹ ਚੰਗੇ ਰਹਿਣ ਦੇ ਕਾਬਲ ਵਿੱਚ ਦਰਜ ਹੋਣੇ ਚਾਹੀਦੇ ਜਾਂ ਹੋ ਸਕਦੇ? ਕੋਈ ਹੈਗਾ ਪੰਜਾਬ ਦਾ ਲੱਗਦਾ ਸ਼ਹਿਰ ਕੋਈ? ਦੇਖੋ ਜੀ, ਪਹਿਲਾਂ ਤਾਂ ਭਾਰਤ ਦੀ ਗੱਲ ਕਰ ਲਈਏ, ਭਾਰਤ ਦੇ ਵਿੱਚ ਤਾਂ ਐਵੇਂ ਮੋਦੀ ਨੂੰ ਮਾੜਾ ਮਾੜਾ ਕਹੀ ਜਾਂਦੇ, ਦੇਖੋ ਉਹਨੂੰ ਸਵੱਛ ਭਾਰਤ ਸਿੱਧਾ ਉਹ ਚਲਾਇਆ ਹੋਗਾ ਅਤੇ ਐਨ ਉਹ ਪਾਤੇ ਪਟਾਕੇ ਆਏ ਨਹੀਂ ਆ, ਕਦੀ ਇਹ ਯਕੀਨ ਹੋ ਸਕਦਾ ਅਤੇ ਇੰਡੀਆ ਦੇ ਵਿੱਚ ਉਹ ਪੋਲੂਟਡ ਸ਼ਹਿਰ ਹੁਣ, ਗੰਦੇ ਸ਼ਹਿਰ ਹੁਣ, ਤਾਂ ਇੰਡੀਆ ਦਾ ਨਾਂ ਆਵੇ, ਕਦੀ ਸੋਚਿਆ ਸੀ ਇੰਡੀਆ ਦਾ ਨਾਂ ਨਾ ਹੋਵੇ, ਹੈ ਨਾ, ਐਤਕੀ ਨਾਂ ਨਹੀਂ ਆਇਆ। ਸੋ ਜਿਹੜੀ ਚੀਜ਼ ਚੰਗੀ ਆ ਚੰਗੀ ਆ, ਅਤੇ ਖੈਰ ਜਿਹੜੇ ਬਾਕੀ ਰਹੀ ਗੱਲ ਦੂਜੀ ਪੰਜਾਬ ਦੀ, ਅਤੇ ਬਾਈ ਜੀ ਪਾਪੂਲੇਸ਼ਨ ਉੱਥੇ ਇੰਨੀ ਕਿਆ, ਦੇਖੋ ਪਹਿਲਾਂ ਮੈਂ ਪੋਲੂਸ਼ਨ ਦੀ ਗੱਲ ਕਲੀਅਰ ਕਰਦੇ ਹਾਂ, ਜਿੱਦਾਂ ਹੁਣ ਦਿੱਲੀ ਵਰਗੇ ਸ਼ਹਿਰ 'ਚ ਪੋਲੂਸ਼ਨ, ਵੱਡਿਆਂ ਸ਼ਹਿਰਾਂ 'ਚ ਪੋਲੂਸ਼ਨ ਕੁਦਰਤੀ ਜ਼ਿਆਦਾ ਆ, ਅਤੇ ਬਾਕੀ ਜਿਹੜਾ ਇਕੱਲਾ ਕਾਰਾਂ ਦਾ ਪੋਲੂਸ਼ਨ ਨਹੀਂ ਹੁੰਦਾ, ਪੋਲੂਸ਼ਨ ਕਿਤੇ ਵੀ ਪੈ ਸਕਦਾ। ਵੀ ਇੱਕ ਵਾਰੀ ਮੈਨੂੰ ਯਾਦ ਆ, ਮੈਂ ਉੱਥੇ ਲੋਕਲ ਬੱਸ ਦੇ ਵਿੱਚ ਬੈਠਾ ਸੀ, ਅਤੇ ਉੱਥੇ ਉਹ ਬਾਹਰ ਇੰਨਾ ਬੱਸ ਦਾ ਇੰਨਾ ਪੋਲੂਸ਼ਨ ਨਹੀਂ ਸੀ, ਜਿੰਨਾ ਬੱਸ ਦੇ ਵਿੱਚ ਇੱਕੋ ਹੀ ਬੰਦੇ ਨੇ ਹਾਜਮੂਲੇ ਦੀਆਂ ਗੋਲੀਆਂ ਖਾ ਕੇ ਪੋਲੂਸ਼ਨ ਕਰਤਾ ਸੀ। ਸੋ ਇੱਦਾਂ ਵਾ ਵੀ ਉਹ ਜਿੱਥੇ ਵੀ ਕੁਦਰਤੀ ਗੱਲ ਆ, ਜਿੱਥੇ ਜ਼ਿਆਦਾ ਭੀੜ ਭੜਕਾ ਆ, ਉੱਥੇ ਥੋੜ੍ਹਾ ਪੋਲੂਸ਼ਨ। ਬਾਕੀ ਸਭ ਤੋਂ ਵੱਡੀ ਮੁੱਖ ਦੀ ਗੱਲ, ਤੁਹਾਡੇ ਮਨ ਦੀ ਸੈਟਿਸਫੈਕਸ਼ਨ ਚਾਹੀਦੀ ਆ, ਜਿੱਥੇ ਤੁਹਾਨੂੰ ਲੱਗਦਾ ਜੀ ਵਧੀਆ। ਜਿੱਦਾਂ ਮੈਨੂੰ ਤੁਸੀਂ ਪੁੱਛਿਆ, ਬੜਾ ਸੌਖਾ ਜਿਹਾ ਕਹਿਤਾ ਕਿ ਬਾਬਾ ਇੱਥੇ ਠੀਕ ਹੈ ਜਿੱਥੇ ਹੈਗੇ ਆ, ਹੈ ਨਾ? ਹਾਂ ਨਹੀਂ, ਮੈਂ ਜਿੱਦਾਂ ਗੱਲ ਕਰਾਂ ਤਾਂ ਮੈਂ ਜਿਵੇਂ ਚੰਡੀਗੜ੍ਹ ਰਿਹਾ, ਹਾਂਜੀ, ਮੈਨੂੰ ਚੰਡੀਗੜ੍ਹ ਪੰਜਾਬ ਦੇ ਨੇੜੇ ਤੇੜੇ, ਪੰਜਾਬ ਦੀ ਗੱਲ ਕਰੀ, ਪੰਜਾਬ ਦੇ ਵਿੱਚ ਹੀ ਆ ਗਿਆ, ਵਿੱਚ ਹੀ ਆ ਗਿਆ, ਅਤੇ ਚੰਡੀਗੜ੍ਹ ਸ਼ਹਿਰ ਵਧੀਆ ਲੱਗਿਆ ਜੀ ਸਿਸਟਮੈਟਿਕਲੀ। ਅਤੇ ਜਾਂ ਬੰਗਲੌਰ, ਜਾਂ ਬੰਗਲੌਰ ਜਾਂ ਚੰਡੀਗੜ੍ਹ, ਠੀਕ ਹੈ ਜੀ। ਆ ਬੰਗਲੌਰ ਤਾਂ ਕਹਿੰਦੇ ਬਹੁਤ ਮਤਲਬ ਸੋਹਣਾ ਸ਼ਹਿਰ ਆ। ਖੈਰ ਦੂਜੀ ਗੱਲ ਜਿਹੜੀ ਮੈਂ ਵਿੱਚ ਕਰਨ ਲੱਗਾ ਸੀਗਾ, ਵੀ ਜਦੋਂ ਗੱਲ ਇਹ ਯਾਰ, ਜਿੱਥੇ ਤੁਹਾਡੇ ਮਨ ਨੂੰ ਸੈਟਿਸਫੈਕਸ਼ਨ ਆ, ਜਿੱਦਾਂ ਹੁਣ ਏਰੀਆ ਤੋਂ ਕਈ ਬਜ਼ੁਰਗ ਆਉਂਦੇ ਆ, ਪਿੰਡੋਂ ਆਉਂਦੇ ਆ, ਹੈ ਨਾ, ਪਿੰਡ ਦੇ ਵਿੱਚੋਂ, ਉਹ ਇੱਥੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਵੀ ਸਾਰੀਆਂ ਸੁੱਖ ਸਹੂਲਤਾਂ ਹੀ, ਨਵੀਆਂ ਕਾਰਾਂ 'ਚ ਆ ਕੇ ਵੀ ਕਹਿੰਦੇ ਨਹੀਂ ਵੀ ਗੱਲ ਨਹੀਂ ਬਣੀ, ਟਿਕਟ ਲੈ ਦਿਓ ਅਤੇ ਚੱਲੀਏ ਉੱਥੇ ਪਿੰਡ ਹੀ, ਹੈ ਨਾ। ਅਤੇ ਗੱਲ ਤਾਂ ਸੈਟਿਸਫੈਕਸ਼ਨ ਦੀ ਆ, ਜੇ ਤੁਹਾਡਾ ਮਨ ਹੀ ਨਾ ਲੱਗਾ, ਜਿੱਥੇ ਮਰਜ਼ੀ ਚਲ ਜਾਓ, ਅਤੇ ਜੇ ਮਨ ਲੱਗ ਗਿਆ ਤਾਂ ਜਿੱਥੇ ਤੁਸੀਂ ਰਹਿੰਦੇ ਆ ਉੱਥੇ ਬੱਲੇ ਬੱਲੇ, ਉਹੀ ਬੱਲੇ ਬੱਲੇ। ਸਰ ਬਜ਼ੁਰਗਾਂ ਦੀ ਇਹ ਗੱਲ ਦੇਖੀਏ, 6 ਮਹੀਨੇ ਵਾਸਤੇ ਆਉਂਦੇ ਨੇ, ਕਈ ਤਾਂ 3 ਕੁ ਮਹੀਨਿਆਂ ਬਾਅਦ ਹੀ ਮੁੜ ਜਾਂਦੇ, ਵੀਜ਼ਾ 6 ਮਹੀਨੇ ਦਾ ਹੁੰਦਾ, 3 ਮਹੀਨੇ ਵੀ ਬੜੇ ਔਖੇ ਕੱਢਦੇ ਆ ਉਹ, ਫਿਰ ਕਹਿੰਦੇ ਵੀ ਇੱਥੇ ਹੁਣ ਘਰੇ ਬੈਠੇ ਆ, ਦੋ ਹੀ ਚੀਜ਼ਾਂ ਚੱਲਦੀਆਂ ਹੁੰਦੀਆਂ, ਇੱਕ ਫਰਿੱਜ ਅਤੇ ਇੱਕ ਬਾਬੇ ਦੇ ਸ਼ਾਹ, ਸਾਹ ਚੱਲਦੇ ਹੁੰਦੇ, ਬਾਕੀ ਕੁਛ ਚੱਲਦਾ ਹੀ ਨਹੀਂ ਹੁੰਦਾ, ਕੋਈ ਆਉਂਦਾ ਜਾਂਦਾ ਵੀ ਨਹੀਂ ਹੈਗਾ। ਅਤੇ ਅੱਛਾ, ਅਤੇ ਉੱਧਰ ਹੁਣ ਜੇ ਪਿੰਡ ਦੇ ਵਿੱਚ ਆ ਤਾਂ 10 ਬੰਦਿਆਂ ਨੇ 20 ਬੰਦਿਆਂ ਦਾ ਸਲੂਟ ਮਾਰਨਾ, ਹਾਂਜੀ ਸਰਦਾਰ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ, ਉੱਥੇ ਗੱਲਾਂ ਅਸਲ ਦੇ ਵਿੱਚ ਇਹ ਚੀਜ਼ ਹੈਗੀ, ਬਿਲਕੁਲ ਸਹੀ, ਹਾਂਜੀ। ਕਵਿਤਾ ਵਾਲੇ ਪਾਸ ਚੱਲੀਏ। ਮੈਂ ਜਦੋਂ ਰੇਡੀਓ ਦੇ ਪ੍ਰੋਗਰਾਮ ਕਰਦਾ ਹੁੰਦਾ ਤਾਂ ਮੈਂ ਇੱਕ ਗੱਲ ਅਕਸਰ ਕਹਿੰਦਾ ਹੁੰਦਾ ਸੀਗਾ, ਬਾਅਦ 'ਚ ਬੜੀ ਮਸ਼ਹੂਰ ਹੋਈ, ਬਾਅਦ 'ਚ ਕਈਆਂ ਨੇ ਵੱਡਿਆਂ ਵੱਡਿਆਂ ਬੁਲਾਰਿਆਂ ਦੇ ਮੂੰਹੋਂ ਗੱਲ ਸੁਣੀ, ਕਰਦਾ ਹੁੰਦਾ ਵੀ ਜਿਹਨੂੰ ਵੀ ਇੱਥੇ ਅਮਰੀਕਾ ਦੇ ਵਿੱਚ ਆ ਕੇ ਵੀ ਜਿਹੜਾ ਬੰਦਾ ਕਹਿੰਦਾ ਨਾ ਵੀ ਬਾਈ ਗੱਲ ਨਹੀਂ ਬਣੀ, ਗੱਲ ਨਹੀਂ ਬਣੀ, ਮੈਂ ਉਹਨੂੰ ਕਹਿੰਦਾ ਬਾਈ ਜੀ ਦੇਖ ਲਓ ਵੀ ਇੱਥੋਂ ਬਾਅਦ ਹੁਣ ਸਮੁੰਦਰ ਹੀ ਆ, ਧਰਤੀ ਹੋ ਗਈ ਆ, ਅਤੇ ਉੱਥੇ ਛਾਲ ਮਾਰ ਕੇ ਗੱਲ ਬਣਨੀ ਆ, ਸਬਰ ਚਾਹੀਦਾ ਬੰਦੇ ਨੂੰ ਜ਼ਰੂਰੀ। ਖੈਰ ਆਪਾਂ ਉਹ ਜਾਂਦੇ ਹਾਂ ਕਵਿਤਾ ਵੱਲ, ਮੈਂ ਇੱਕ ਰਹਿੰਦਾ ਇੱਥੇ ਸਨ ਹੋ ਜੇ, ਮੈਂ ਤਾਂ ਇੱਥੇ ਦੀ ਸ਼ਿਫਟ ਕਰੂੰਗਾ। ਅਤੇ ਬਾਕੀ ਜਿਹੜਾ ਬੇ ਏਰੀਆ ਸਾਡਾ, ਸਾਰਾ ਹੀ ਬੇ ਏਰੀਆ ਇੱਥੇ ਦਾ, ਸਾਰਾ ਹੀ ਬਹੁਤ ਸੋਹਣਾ, ਸਾਰਾ ਹੀ ਬਹੁਤ ਸੋਹਣਾ, ਸਨ ਫ੍ਰਾਂਸਿਸਕੋ ਤੱਕ ਲੈ ਕੇ ਇੱਥੇ ਜਿੰਨਾ ਵੀ ਆਲਾ ਦੁਆਲਾ ਦੇ ਸਮੁੰਦਰ ਦੇ ਲਾਗੇ ਲਾਗੇ ਨਾ, ਇੱਥੇ ਕਹਿੰਦਾ ਵੀ ਦਿਨ ਨੂੰ ਇੱਥੇ ਸੂਰਜ ਚਮਕੇ ਅਤੇ ਰਾਤ ਨੂੰ ਚਮਕੇ ਚੰਦ, ਸੋਹਣਾ ਸ਼ਹਿਰ ਸਨ ਹੋ ਜੇ ਸਾਡਾ, ਜਮਾਂ ਨਹੀਂ ਇੱਥੇ ਗੰਦ। ਤੇ ਜੇ ਪਰ ਜਮਾਂ ਨਹੀਂ ਇੱਥੇ ਗੰਦ, ਤੱਕ ਗੱਲ ਦੱਸ ਦਓ, ਮੈਂ ਇੱਕ ਦਿਨ ਮਿੱਤਰ ਦੇ ਨਾਲ ਕਾਰ 'ਚ ਬੈਠਾ ਜਾਵਾਂ, ਉਹਦੀ ਕਾਰ ਹੀ ਸੀਗੀ, ਉਹਨੇ ਮੈਨੂੰ ਰਾਈਡ ਦਿੱਤੀ, ਮੈਂ ਟਰੱਕ ਮਕੈਨਿਕ ਦੇ ਛੱਡਿਆ ਸੀ, ਕਹਿੰਦਾ ਯਾਰ ਉਹ ਰਾਹ ਦੇ ਵਿੱਚ ਉੱਥੇ ਗੰਦ ਪਿਆ ਤੇ, ਕਹਿੰਦਾ ਯਾਰ ਇੱਥੇ ਵੀ ਕਹਿੰਦਾ ਉਹ ਕਿੰਨਾ ਗੰਦ ਪੈਣ ਲੱਗ ਪਿਆ, ਮੈਂ ਕਿਹਾ ਪਹਿਲਾਂ ਆਪਣੀ ਕਾਰ ਵੱਲ ਤਾਂ ਦੇਖ ਲਾ ਪਤੰਦਰਾ, ਇੱਥੇ ਬੈਠਣ ਨੂੰ ਜਗ੍ਹਾ ਮਸੀ ਬਣਾਈ ਆ, ਹੈ ਨਾ, ਮਾੜਾ ਮੋਟਾ ਗੰਦ ਤਾਂ ਸਾਰੇ ਹੁੰਦਾ, ਹੈ ਨਾ। ਨਹੀਂ ਨਹੀਂ, ਮਾੜਾ ਮੋਟਾ ਤਾਂ ਨਹੀਂ, ਹਾਂਜੀ ਜੀ, ਦਿਨ ਨੂੰ ਜਿੱਥੇ ਸੂਰਜ ਚਮਕੇ ਤੇ ਰਾਤ ਨੂੰ ਚਮਕੇ ਚੰਦ, ਸੋਹਣਾ ਸ਼ਹਿਰ ਸਨਹੌਜੇ ਸਾਡਾ, ਜਮਾਂ ਨਹੀਂ ਇੱਥੇ ਗੰਦ। ਇਹਦਾ ਬੇ ਏਰੀਆ ਦੁਨੀਆ ਦੇ ਵਿੱਚ ਹੈਗਾ ਬੜਾ ਮਸ਼ਹੂਰ, ਸਭ ਕੁਛ ਇੱਥੇ ਲਾਗੇ ਲਾਗੇ, ਕੋਈ ਚੀਜ਼ ਨਹੀਂ ਦੂਰ, ਇੱਕ ਪਾਸੇ ਸਮੁੰਦਰ ਲੱਗੇ ਤੇ ਦੂਜੇ ਪਾਸੇ ਪਹਾੜ, ਮਾਊਂਟਨ ਵਿਊ ਵਿੱਚ ਨਾਸਾ, ਇੱਥੇ ਜਿੱਥੋਂ ਰਕਤ ਦਿੰਦੇ ਚਾੜ, ਦੇਖ ਤਰੱਕੀ ਇੱਥੇ ਦੀ ਵੀ ਦੁਨੀਆ ਰਹਿ ਜਾਏ ਦੰਗ, ਸੋਹਣਾ ਸ਼ਹਿਰ ਸਨਹੌਜੇ ਸਾਡਾ, ਜਮਾਂ ਨਹੀਂ ਇੱਥੇ ਗੰਦ। ਸਨ ਫ੍ਰਾਂਸਿਸਕੋ ਦੀ
ਸਭ ਕੁਛ ਇੱਥੇ ਖੁੱਲਾ ਖੁੱਲਾ, ਗਲੀਆਂ ਬੜੀਆਂ ਤੰਗ, ਸੋਹਣਾ ਸ਼ਹਿਰ ਸਨਹੋਜੇ ਸਾਡਾ, ਜਮਾ ਨਹੀਂ ਇੱਥੇ ਗੰਦ, ਨਾ ਗੰਦਗੀ ਨਾ ਪੋਲੂਸ਼ਨ ਨਾ ਕੋਈ ਇੱਥੇ ਧੂੰਆਂ, ਸਾਰੇ ਲੋਕੀ ਰੋਜ਼ ਨੂੰ ਨਹਾਉਂਦੇ ਆ ਕਿਸੇ ਦੇ ਸਿਰ ਨਹੀਂ ਜੂਆਂ। ਕਹਿੰਦਾ ਸਿਲੀਕਨ ਵੈਲੀ ਦਾ ਪੂਰੀ ਦੁਨੀਆਂ ਵਿੱਚ ਚੱਲਦਾ ਹੈਗਾ ਜਾਦੂ, ਦੁਨੀਆਂ ਭਰ ਦੇ ਲੋਕ ਇੱਥੇ ਤੇ ਟਰੱਕਾਂ ਦਾ ਕੰਮ ਵੀ ਵਾਧੂ। ਕਹਿੰਦਾ ਦਾਰੂ ਵਾਲੇ ਦਾਰੂ ਪੀਂਦੇ ਤੇ ਭੰਗੀ ਪੀਂਦੇ ਭੰਗ, ਸੋਹਣਾ ਸ਼ਹਿਰ ਸਨਹੋਜੇ ਸਾਡਾ, ਜਮਾ ਨਹੀਂ ਇੱਥੇ ਗੰਦ। ਕਹਿੰਦਾ ਗੂਗਲ ਇੱਥੇ, ਫੇਸਬੁੱਕ ਇੱਥੇ, ਐਪਲ ਐਂਟਲ ਸਾਰੇ, ਮਾਈਕਰੋਸਾਫਟ ਨੇ ਵੀ ਪੂਰੀ ਦੁਨੀਆਂ 'ਚ ਇੱਥੋਂ ਹੀ ਪਾਏ ਖਿਲਾਰੇ। ਹਾਈ ਟੈਕ ਦੀਆਂ ਕੰਪਨੀਆਂ ਤੇ ਹਾਈ ਟੈਕ ਦੇ ਬੰਦੇ ਕੋਈ ਨੀ ਇੱਥੇ ਵਿਹਲਾ ਫਿਰਦਾ, ਸਾਰੇ ਲੱਗੇ ਧੰਦੇ, ਕੋਠੀ ਵੀ ਤੁਹਾਡਾ ਇੱਥੇ ਹੀ ਰਹਿੰਦਾ ਤੇ ਨਿੱਤ ਬੁਲਾਉਂਦਾ ਬੰਬ, ਸੋਹਣਾ ਸ਼ਹਿਰ ਸਨਹੋਜੇ ਸਾਡਾ, ਜਮਾ ਨੀ ਇੱਥੇ ਗੰਦ, ਜਮਾ ਨੀ ਇੱਥੇ ਗੰਦ। ਬਿਲਕੁਲ ਬਿਲਕੁਲ, ਚਲੋ ਆਪਾਂ ਜਿੰਨੇ ਕ ਇੱਥੇ ਹੈਗੇ ਕੈਲੀਫੋਰਨੀਆ ਸਾਰਿਆਂ ਨੂੰ ਪਤਾ ਹੋਊਗਾ, ਅਤੇ ਬਾਕੀ ਜਿਹੜੇ ਅਮੈਰੀਕਾ ਕੈਲੀਫੋਰਨੀਆ ਬਾਹਰ ਅਮੈਰੀਕਾ ਦੇ ਵਿੱਚ ਜਾਂ ਕਨੇਡਾ ਦੇ ਵਿੱਚ ਸਾਡੇ ਦਰਸ਼ਕ ਸੁਣ ਰਹੇ ਆ, ਆਸਟ੍ਰੇਲੀਆ ਦੇ ਵਿੱਚ ਦੇਖ ਰਹੇ ਨੇ, ਸੁਣ ਰਹੇ ਨੇ, ਅਤੇ ਉਹਨਾਂ ਵਾਸਤੇ ਜ਼ਰੂਰ ਇਹ ਇੱਕ ਜਾਣਕਾਰੀ ਜਿਹੜੀ ਹੈਗੀ ਆ ਬੇ ਏਰੀਆ ਦੀ। ਬੇ ਏਰੀਆ ਸੁਰਿਆ ਸੁਣਿਆ ਸਭ ਨੇ ਹੋਏਗਾ, ਚਾਹੇ ਕਿੱਥੇ ਵੀ ਰਹਿੰਦੇ ਹਾਂ। ਸੋ ਬੇ ਏਰੀਆ ਦੀ ਬਹੁਤ ਵਧੀਆ ਤੁਸੀਂ ਤਸਵੀਰ ਪੇਸ਼ ਕੀਤੀ ਆ, ਅਤੇ ਬੇ ਏਰੀਆ ਹੈ ਵੀ ਵਧੀਆ, ਪਰ ਕਿਸੇ ਕਿਸੇ ਦੇ ਵੱਸਦਾ ਹੈਗਾ, ਹਰ ਇੱਕ ਦੇ ਵੱਸਦਾ ਹੈ ਨਹੀਂ ਉਹ, ਫਿਰ ਤੁਸੀਂ ਭਾਈ ਵੱਡੇ ਬੰਦੇ, ਤੁਸੀਂ ਤੁਹਾਡੇ ਵੱਸਦਾ ਹੈਗਾ, ਕਿਰਾਏ 'ਤੇ ਰਹਿਣਾ ਵੀ ਔਖਾ ਉੱਥੇ ਬੇ ਏਰੀਆ 'ਚ, ਕਿਰਾਏ 'ਤੇ ਵੀ ਔਖਾ। ਹਾਂ ਹਾਂ, ਚਲੋ ਜੀ ਭਾਈ, ਵੱਡੇ ਬੰਦਿਆਂ ਦਾ, ਵੱਡੇ ਬੰਦੇ ਉੱਥੇ ਰਹਿੰਦੇ ਆ, ਆਪਾਂ ਥੋੜ੍ਹਾ ਪਾਸੇ ਬੇ ਏਰੀਏ 'ਚੋਂ, ਅਤੇ ਸੁਣ ਕੇ ਘੜੀ ਦੀ ਘੜੀ ਫੀਲਿੰਗ ਬਹੁਤ ਸੋਹਣੀ ਆ ਰਹੀ ਹੈ, ਬਾਕੀ ਦੀਆਂ ਗੱਲਾਂ ਬਾਅਦ 'ਚ। ਚਲੋ ਠੀਕ ਹੈ, ਠੀਕ ਹੈ, ਚਲੋ ਦਵਿੰਦਰ ਬਹੁਤ ਮਿਹਰਬਾਨੀ, ਬਾਕੀ ਹੁਣ ਕਾਲਾਂ ਲੈਂਦੇ ਦਰਸ਼ਕਾਂ ਦੀਆਂ। ਥੈਂਕ ਯੂ ਭਾਅ ਜੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਜੀ। ਦਵਿੰਦਰ ਹੋਠੀ ਨਾਲ ਗੱਲ ਚੱਲ ਰਹੀ ਸੀ, ਕਵਿਤਾ ਬੇ ਏਰੀਏ ਦੀ ਸੁਣਾਈ ਉਹਨਾਂ ਨੇ, ਬੇ ਏਰੀਆ ਸਾਡੇ ਦਰਸ਼ਕ ਜਾਣਦੇ ਹੀ ਨੇ, ਸਾਡਾ ਸਟੂਡੀਓ ਵੀ ਇੱਥੋਂ ਘੰਟੇ ਕੁ ਦੀ ਵਾਟ 'ਤੇ ਹੀ ਆ ਬੇ ਏਰੀਏ ਤੋਂ, ਔਰ ਸਨ ਫਰਾਂਸਿਸਕੋ ਜਿਵੇਂ ਮੈਂ ਪਹਿਲਾਂ ਦੱਸਿਆ ਦੁਨੀਆ ਦਾ ਸਭ ਤੋਂ ਮਹਿੰਗਾ ਸ਼ਹਿਰ ਗਿਣਿਆ ਜਾਂਦਾ ਸਨ ਫਰਾਂਸਿਸਕੋ, ਪਤਾ ਹੋਏਗਾ ਸਾਡੇ ਦਰਸ਼ਕਾਂ ਨੂੰ, ਉਹ ਜਾਣਕਾਰੀ ਫਿਰ ਸਾਂਝੀ ਕਰਾਂਗੇ। ਹੁਣ ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲਾਂ ਲੈਂਦੇ ਹਾਂ, ਘਰ ਬਾਰੇ ਗੱਲ ਚੱਲ ਰਹੀ ਹੈ, ਘਰ ਵਾਕਿਆ ਹੀ ਤੁਹਾਡਾ ਕੀ ਵਿਚਾਰ ਹੈ ਕਿ ਅਗਰ ਸਭ ਤੁਹਾਨੂੰ ਮੌਕਾ ਮਿਲਦਾ ਆਪਣੀ ਮਨਪਸੰਦ ਦਾ ਘਰ ਲੈਣ ਲਈ, ਕਿਹੋ ਜਿਹਾ ਘਰ 'ਤੇ ਕਿੱਥੇ ਰਹਿਣਾ ਪਸੰਦ ਕਰੋਗੇ, ਅੱਜ ਆਪਣਾ ਇਹ ਵਿਸ਼ਾ ਹੈਗਾ, ਦੇਖਦੇ ਰਹੋ ਜਸ ਪੰਜਾਬੀ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਹਾਜ਼ਰ ਹੈ ਜੀ ਬ੍ਰੇਕ ਤੋਂ ਬਾਅਦ, ਅਤੇ ਗੱਲ ਚੱਲ ਰਹੀ ਹੈ ਘਰਾਂ ਦੀ, ਵੈਸੇ ਹਰ ਬੰਦੇ ਦੀ ਆਪੋ ਆਪਣੀ ਚੋਇਸ ਹੁੰਦੀ, ਜਿਵੇਂ ਅਸੀਂ ਵਾਕਿਆ ਹੀ ਇਹ ਸੋਚਦੇ ਹਾਂ ਕਿ ਗੁਰੂ ਘਰ ਨੇੜੇ ਹੋਵੇ, ਵਾਕਿੰਗ ਡਿਸਟੈਂਸ 'ਤੇ ਹੋਵੇ, ਉਸ ਹਿਸਾਬ ਨਾਲ ਘਰ ਲੈਣਾ ਚਾਹੀਦਾ। ਕਿਸੇ ਵੀ ਗੁਰੂ ਘਰ ਦੀ ਗੱਲ ਕਰ ਲਈਏ ਤਾਂ ਉਹਦੇ ਆਲੇ ਦੁਆਲੇ ਜਿੰਨੇ ਤੁਹਾਨੂੰ ਘਰ ਮਿਲਣਗੇ ਸਾਰੇ ਤਕਰੀਬਨ ਪੰਜਾਬੀਆਂ ਦੇ ਮਿਲਣਗੇ, ਸਾਰੇ ਹੀ। ਕਿਤੇ ਚਲ ਜਾਓ, ਸੈਨੋਜੇ ਚਲ ਜਾਓ, ਨਿਊਯਾਰਕ ਦੀ ਗੱਲ ਕਰ ਲਓ, ਕਿਤੇ ਕਰ ਲਓ। ਅਤੇ ਕਈ ਲੋਕ ਜਿਹੜੇ ਹੈਗੇ ਨੇ ਥੋੜ੍ਹੇ ਜਿਹੇ ਉਹ ਸੋਚਦੇ ਨੇ ਜਿਵੇਂ ਕਿ ਸਮੁੰਦਰ ਨੇੜੇ ਹੋਵੇ, ਘੁੰਮਣਾ ਫਿਰਨਾ ਨੇੜੇ ਹੋਵੇ। ਅੱਛਾ, ਕਈ ਚਲੋ ਅਸੀਂ ਸਟੋਰ ਸੋਚਦੇ ਹਾਂ ਕਿ ਪੰਜਾਬੀ ਸਟੋਰ ਨੇੜੇ ਹੋਵੇ, ਸਮਾਨ ਲੈਣ ਨੂੰ ਨੇੜੇ ਹੋਵੇ, ਕੋਈ ਆਉਣ ਜਾਣ। ਪਰ ਜਿਹੜੇ ਸ਼ੌਕੀਨ ਬੰਦੇ ਨੇ ਉਹ ਤਾਂ ਫਿਰ ਇਹ ਸੋਚਦੇ ਨੇ ਜੀ ਘੁੰਮਣ ਫਿਰਨ ਨੂੰ ਜਗ੍ਹਾ ਨੇੜੇ ਹੋਵੇ, ਹਰ ਵੀਕ 'ਤੇ ਜਾਈਏ ਘੁੰਮਣ ਫਿਰਨ, ਅਤੇ ਬੀਚ ਬੂਚ ਨੇੜੇ ਪੈਂਦਾ ਹੋਵੇ। ਸੋ ਆਪੋ ਆਪਣੀ ਸੋਚ ਹੈਗੀ ਹੈ ਜੀ, ਆਪਾਂ ਗੱਲ ਕਰ ਰਹੇ ਸੀ ਵੀ ਇਹ ਕਿੰਨਾ ਕੁ ਜ਼ਰੂਰੀ ਹੈ ਕਿ ਜਦੋਂ ਅਸੀਂ ਘਰ ਲੈਣਾ ਤਾਂ ਬੱਚਿਆਂ ਦਾ ਇਹ ਸੋਚ ਕੇ ਲਈਏ ਕਿ ਬੱਚਾ ਸਕੂਲ ਦਾ ਨੇੜੇ ਤੇੜੇ ਜਿਹੜਾ ਹੈਗਾ ਉਹਦਾ ਕੀ ਗ੍ਰੇਡ ਹੈਗਾ, ਕਿੰਨੀ ਕੁ ਗ੍ਰੇਡ ਦਾ ਹੈਗਾ ਸਕੂਲ, ਜਾਂ ਫਿਰ ਨਹੀਂ ਸੋਚਣੀ ਚਾਹੀਦੀ ਇਹ ਗੱਲ, ਠੀਕ ਹੈ ਜੋ ਹੈਗਾ ਉਹੀ ਕੰਮ ਕਰ ਲੈਣਾ ਚਾਹੀਦਾ। ਹਾਂਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ, ਆਉਣੇ ਰਹੋ। ਸਤਿ ਅਮਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜਗਤਾਰ ਸਿੰਘ ਜੀ, ਹੋਰ ਕੀ ਹਾਲ ਹੈ ਜੀ, ਠੀਕ ਠਾਕ ਹੋ? ਠੀਕ ਠਾਕ, ਅਸੀਂ ਬੜੇ ਸ਼ਹਿਰਾਂ ਵੀ ਰਹੇ ਹਾਂ, ਜਵਾਨੀ ਵੇਲੇ ਤੇ ਅਮੈਰੀਕਾ ਉੱਥੇ, ਨਿਊਯਾਰਕ ਤੁਸੀਂ ਵੀ ਰਹੇ ਹਾਂ, 16 ਸਾਲ ਮੈਂ ਵੀ ਉੱਥੇ। 16 ਸਾਲ ਰਹੇ ਉੱਥੇ? ਅੱਛਾ, ਨਹੀਂ ਉੱਥੇ ਚਲੋ ਅਸੀਂ ਕੰਮਾਂ ਕਾਰਾਂ ਕਰਕੇ ਸਾਨੂੰ ਰਹਿਣਾ ਪੈਂਦਾ, ਉਹ ਤਾਂ ਵੱਖਰੀ ਗੱਲ ਹੈ। ਮੰਨ ਲਓ ਰੱਬ ਨੇ ਕਹਿ ਤਾ ਵੀ ਤੁਹਾਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਤੇ ਆਪਣੀ ਮਨਪਸੰਦ ਦਾ ਸ਼ਹਿਰ ਚੁਣੋ ਤੇ ਉੱਥੇ ਐਸ਼ ਕਰੋ, ਹੁਣ ਜਿਹੜੀ ਜ਼ਿੰਦਗੀ ਰਹਿ ਗਈ ਉਹਦੀ ਆਪਾਂ ਗੱਲ ਕਰਦੇ। ਜੇ ਮਨ ਸਾਨੂੰ ਆਪਣੀ ਮਨਮਰਜ਼ੀ ਕਰਨ ਦਾ ਮੌਕਾ ਮਿਲੇ ਤੇ ਫਿਰ ਕਿਹੜਾ ਸ਼ਹਿਰ ਤੁਸੀਂ ਪਸੰਦ ਕਰਦੇ ਹੋ ਅਮੈਰੀਕਾ ਦਾ? ਸ਼ਹਿਰ ਤਾਂ ਬੜੇ ਆਪਣੇ ਸਾਰੇ ਸ਼ਹਿਰ ਸੋਹਣੇ ਹੁੰਦੇ। ਨਹੀਂ, ਸੋਹਣੇ ਨਹੀਂ ਮਨਜੀਤ ਸਿੰਘ ਜੀ, ਸੋਹਣੇ ਨਹੀਂ, ਸੋਹਣੇ ਸਾਰੇ ਹੀ ਹੈ। ਅਤੇ ਤੁਸੀਂ ਕਿਹੜੀਆਂ ਸੁੱਖ ਸਹੂਲਤਾਂ ਆਲੇ ਦੁਆਲੇ ਦੇਖਦੇ ਹੋ? ਗੁਰੂ ਘਰ ਨੇੜੇ ਹੋਵੇ, ਜਾਂ ਬੀਚ ਨੇੜੇ ਹੋਵੇ, ਜਾਂ ਤੁਹਾਨੂੰ ਮੌਲ ਨੇੜੇ ਹੋਵੇ, ਜਾਂ ਕੀ? ਹਾਂਜੀ, ਉਹ ਸਾਰੇ ਨਜ਼ਾਰੇ ਦੇਖ ਲਏ ਆ। ਅੱਛਾ, ਆਪਣੇ ਸਨ ਫਰਾਂਸਿਸਕੋ, ਸਾਰੇ ਇੱਧਰ ਮੈਂ ਕੈਲੀਫੋਰਨੀਆ ਪੂਰਾ ਟੂਰ ਲਾਇਆ। ਹਾਂ, ਸ਼ਹਿਰ ਬੜੇ ਸੋਹਣੇ ਆ, ਬਹੁਤ ਵਧੀਆ ਆ, ਰਹਿਣ ਨੂੰ ਵਧੀਆ, ਕਿਤੇ ਵੀ ਰਹਿ ਲਓ। ਇੱਥੇ ਜੋ ਬੰਦਾ ਸਮਝ ਰੀਅਲੀ ਡੇਢ ਲੱਖ ਕਮਾਉਣਾ ਹੋਵੇ ਉਹੀ ਫੋਨ ਕਰ ਸਕਦਾ, ਨਹੀਂ ਤਾਂ ਬੜੇ ਸ਼ਹਿਰਾਂ 'ਚ ਇੱਦਾਂ ਦੇ ਰਹਿਣਾ ਬੜਾ ਨਹੀਂ। ਚਲੋ ਆਪਾਂ ਲੱਖ ਡੇਢ ਲੱਖ ਦੀ ਗੱਲ ਛੱਡਦੇ, ਆਪਾਂ ਇਹ ਸਮਝਦੇ ਵੀ 3 ਲੱਖ ਤਾਂ ਅਫੋਰਡ, 3 ਲੱਖ ਕਰ ਸਕਦੇ ਹੋ ਮਹੀਨੇ ਦਾ ਅਫੋਰਡ, ਤਾਂ ਫਿਰ ਮਤਲਬ ਕਿਸੇ ਵੀ ਸ਼ਹਿਰ ਤੁਸੀਂ ਰਹਿ ਸਕਦੇ। ਜਿਹੜਾ ਇੱਕ ਬੱਚਿਆਂ ਦੀ ਅਸੀਂ ਗੱਲ ਕਰਦੇ ਬਈ, ਜੇ ਬੱਚੇ ਛੋਟੇ ਆ ਜਾਂ ਹੋਣੇ ਆ,
ਤੇ ਉਹਨਾਂ ਦਾ ਧਿਆਨ ਚੜਕ ਕੇ ਲੈਣਾ ਚਾਹੀਦਾ ਘਰ ਤੇ ਉਹ ਚ ਕਿੰਨੀ ਕ ਸਚਾਈ ਹੈਗੀ ਆ ਜਾਂ ਫਰਕ ਆ ਬਹੁਤ ਫਰਕ ਆ ਦੇਖੋ ਮੈਂ ਹੁਣ ਜਿੱਥੇ ਰਹਿ ਰਿਹਾ ਨਾ ਮੇਰਾ ਬੱਚਾ ਇੱਥੋਂ ਆਪਣੇ ਆਪਣੇ ਪ੍ਰੀਕੇ ਤੋਂ ਸ਼ੁਰੂ ਹੋਇਆ ਸੀਗਾ ਜਿੱਥੇ ਅਸੀਂ ਰਹਿ ਰਹੇ ਹਾਂ ਹੈਲ ਦੇ ਉੱਪਰ ਇੱਕ ਸਕੂਲ ਆ ਤੁਸੀਂ ਲਾ ਲਓ ਪ੍ਰਾਈਵੇਟ ਸਕੂਲ ਵਰਗਾ ਸਕੂਲ ਆ ਕੋਈ ਉਸ ਚ ਬਿਨਾਂ ਖਿਆਲ ਇੱਕ ਦੋ ਬੱਚੇ ਹੋਵਾਂ ਕੋਈ ਖਾਕ ਹੋਇਆ ਹੋਊਗਾ ਕਹਿੰਦਾ ਗੋਰੇ ਹੀ ਟੁੱਟ ਲਈ ਰਾਈਟ ਹੁਣ ਉਸ ਤੋਂ ਬਾਅਦ ਮਿਡਲ ਸਕੂਲ ਆ ਜਿਹੜਾ ਉਹ ਵੀ ਇੱਦਾਂ ਦਾ ਤੇ ਪਰ ਜਿੱਥੇ ਏਰੀਏ ਵਧੀਆ ਆ ਅਤੇ ਉਹਨਾਂ ਚ ਰਹਿਣ ਦਾ ਇਹ ਫਾਇਦਾ ਬੱਚਿਆਂ ਨੂੰ ਜਿਹੜਾ ਸਕੂਲ ਦਾ ਹਰ ਚੀਜ਼ ਆ ਉਹ ਬੜਾ ਚੇਂਜ ਕਰਤਾ ਜਿਹੜੇ ਸਿਟੀਆਂ ਚ ਬੱਚੇ ਆ ਉਹ ਜੋ ਸਕੂਲਾਂ ਜਾਂਦੇ ਆ ਉਹ ਇੱਦਾਂ ਨੀ ਲਾਲ ਕਰ ਸਕਦੇ ਜਿੱਦਾਂ ਤੇ ਵੈਸੇ ਅਸੀਂ ਕਿੰਨੇ ਕੁ ਪਰਸੈਂਟ ਲੋਕ ਹੋਵਾਂਗੇ ਜੀ ਪੰਜਾਬੀਆਂ ਦੀ ਜੇ ਗੱਲ ਕਰੀਏ ਕਿੰਨੇ ਕੁ ਪਰਸੈਂਟ ਲੋਕ ਹੋਵਾਂਗੇ ਜਿਹੜੇ ਬੱਚਿਆਂ ਦੇ ਫਿਊਚਰ ਦੇਖ ਕੇ ਘਰ ਲੈਂਦੇ ਆ ਕਿੰਨੇ ਕੁ ਪਰਸੈਂਟ ਹੋਣਗੇ ਆਪਣੇ 50% ਤਾਂ ਹੈਗੇ ਜਿਹੜੇ ਇੰਟੈਲੀਜੈਂਟ ਬੰਦੇ ਆ ਤੁਸੀਂ ਲਾ ਲਓ ਜਿਹੜੇ ਅਸੀਂ ਏਰੀਏ ਰਹਿੰਦੇ ਹਾਂ ਤੀਬਨ ਕਾਫੀ ਜਿਹੜੇ ਪੜ੍ਹੇ ਲਿਖੇ ਬੰਦੇ ਆ ਆਪਣੇ ਚਾਹੇ ਪੰਜਾਬ ਤੋਂ ਆ ਚਾਹੇ ਕੁਛ ਵੀ ਆ ਇਸ ਏਰੀਏ 'ਚ ਰਹਿੰਦੇ ਆ ਬਹੁਤ ਸਟੈਂਡਰਡ ਨਾਲ ਰਹਿ ਰਹੇ ਅਤੇ ਬੱਚੇ ਵੀ ਜਿਹੜੇ ਆ ਬੜੇ ਲੈ ਕੇ ਆ ਠੀਕ ਆ ਜੀ ਠੀਕ ਆ ਚਲੋ ਮਿਹਰਬਾਨੀ ਹਾਂਜੀ ਹਾਂਜੀ ਓਕੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਹੋ ਉਸਤਾਦ ਸੁੰਦਰ ਸਿੰਘ ਜੀ ਸਰਦਾਰ ਜਗਤਾਰ ਸਿੰਘ ਜੱਗੀ ਸਤਿ ਸ਼੍ਰੀ ਅਕਾਲ ਜੀ 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 ਸਵਾਗਤ ਬਹੁਤ ਬਹੁਤ ਜੀ ਕੀ ਹਾਲ ਚਾਲ ਆ ਜੀ ਬਹੁਤ ਕਿਰਪਾ ਜੀ ਕਿਰਪਾ ਹਾਂਜੀ ਕੀ ਵਿਚਾਰ ਨੇ ਵੈਸੇ ਤਾਂ ਜਿੱਥੇ ਕਹਿੰਦੇ ਵੀ ਜਿੱਥੇ ਰਹਿੰਦੇ ਹੋ ਤਾਂ ਉਹੀ ਸਭ ਕੁਛ ਚੰਗਾ ਲੱਗਣ ਲੱਗ ਪੈਂਦਾ ਹੌਲੀ ਹੌਲੀ ਹਾਂਜੀ ਸਾਨੂੰ ਤਾਂ 20 ਸਾਲ ਹੋ ਗਏ ਜੀ ਹਜੇ ਤਾਂ ਸਾਰੀ ਅਮਰੀਕਾ ਵੀ ਘੁੰਮ ਲਈ ਕਨੇਡਾ ਵੀ ਕਾਫੀ ਘੁੰਮ ਘੁੰਮ ਆਏ ਹਾਂ ਪਰ ਆਪਣੇ ਪਿੰਡ ਵਰਗਾ ਨਹੀਂ ਲੱਭਾ ਕਿਤੇ ਜੀ ਇਹਦਾ ਕੀ ਕਾਰਨ ਹੈ ਅਸੀਂ ਜਿਵੇਂ ਬੰਦਾ ਜਿਹੜਾ ਨਿਊਯਾਰਕ ਰਿਹਾ ਉਹ ਇੱਧਰ ਆਊਗਾ ਤਾਂ ਉਹਦਾ ਕਿੰਨੀ ਦੇਰ ਦਿਲ ਨਹੀਂ ਲੱਗਦਾ ਇੱਥੇ ਜਿਹੜਾ ਬੰਦਾ ਕੈਲੀਫੋਰਨੀਆ ਰਿਹਾ ਨਿਊਯਾਰਕ ਚਲ ਗਿਆ ਉੱਥੇ ਦਿਲ ਨਹੀਂ ਲੱਗਦਾ ਇਹ ਅਸੀਂ ਮਿਡਵੈਸਟ ਦੀ ਗੱਲ ਕਰ ਲਈਏ ਮਿਡਵੈਸਟ ਵਾਲੇ ਜੇ ਇੱਧਰ ਆ ਕੇ ਰਹਿੰਦੇ ਆ ਉਹਨਾਂ ਦਿਲ ਨਹੀਂ ਲੱਗਾ ਇੱਧਰਲੇ ਮਿਡਵੈਸਟ ਜਾਂਦੇ ਨੇ ਉੱਥੇ ਉਹਨਾਂ ਦਿਲ ਨਹੀਂ ਲੱਗਦਾ ਕੀ ਕਾਰਨ ਹੈ ਜਿੱਥੇ ਕਿ ਫਿੱਟ ਹੋ ਜਾਣਾ ਤੁਸੀਂ ਬੰਦੇ ਦੀ ਜਿੱਦਾਂ ਸੋਟੀ ਸਾਹਿਬ ਦਾ ਹੈਗਾ ਬੰਦੇ ਦੇ ਰੂਹ ਜਿੱਥੇ ਮਨ ਮੰਨ ਜਾਵੇ ਉਹੀ ਚੰਗਾ ਹੈ ਨਾ ਤੇ ਇੱਕ ਜਿੱਦਾਂ ਉਹ ਬਾਬਾ ਪੋਤਾ ਤੁਰੇ ਜਾਂਦੇ ਸੀ ਜਾਂ ਸ਼ਹਿਰ ਆਇਆ ਤਾਂ ਬਾਬਾ ਕਹਿੰਦਾ ਵੀ ਯਾਦ ਆ ਗਈ ਜਾਂ ਪਿੰਡ ਆਇਆ ਤਾਂ ਬਾਬਾ ਕਹਿੰਦਾ ਲੈ ਵੀ ਸ਼ਹਿਰ ਆ ਗਿਆ ਉਹ ਪੋਤਾ ਕਹਿੰਦਾ ਬਾਬਾ ਸ਼ਹਿਰ ਨੂੰ ਯਾਦ ਕਰਦਾ ਪਿੰਡ ਨੂੰ ਸ਼ਹਿਰ ਸਾਡਾ ਉਹ ਕਹਿੰਦਾ ਮੈਂ ਆਪਣੀ ਜੇਬ ਖਾਲੀ ਸੀ ਸ਼ਹਿਰ ਆਪਾਂ ਨੂੰ ਕਿਸੇ ਨੇ ਮੂੰਗਫਲੀ ਜਾਂ ਦਾਣਾ ਪੈਣਾ ਇੱਥੇ ਇੱਥੇ ਗਾਜਰਾਂ ਖਾਈ ਜਾਂ ਮੂਲੀਆਂ ਖਾਈ ਜਾਂ ਗੰਨੇ ਚੁੱਪੀ ਆਰਾਮ ਨਾਲ ਨਜ਼ਾਰਾ ਗੋਭੀ ਖਾਈ ਆ ਆਪਣੇ ਜਿਹਦਾ ਭਰਾਵਾ ਇਹੀ ਕਹਿੰਦਾ ਸ਼ਹਿਰ ਆ ਬਿਲਕੁਲ ਬਿਲਕੁਲ ਬਾਕੀ ਇਹ ਤਾਂ ਅਮੀਰਾਂ ਦੇ ਚੋਚਲੇ ਹੁੰਦੇ ਆ ਜੀ ਆਪਾਂ ਦਾ ਜਿਹੜਾ ਕਿਤੇ ਵੈਸੇ ਸ਼ਹਿਰ ਕਾਫੀ ਵਧੀਆ ਸਾਡਾ ਸ਼ਹਿਰ ਬਹੁਤ ਵਧੀਆ ਐਵੇਂ ਕਹਿਣ ਨੂੰ ਕਹਿਣਾ ਰਹਿਣ ਲਈ ਬਹੁਤ ਵਧੀਆ ਸ਼ਹਿਰ ਆ ਇਹ ਪ੍ਰੈਸੀ ਪਰ ਹਾਂਜੀ ਪ੍ਰੈਸੀ ਵੀ ਤਕਰੀਬਨ ਹੋਰ ਵੀ ਆ ਨਾ ਆਪਣੇ ਜੱਗੀ ਜੀ ਬਾਜ ਵੇਲੇ ਤੁਸੀਂ ਲੈਟਰ ਆਫ ਤੋਂ ਸੈਕਰਾਮੈਂਟੋ ਪਹੁੰਚ ਜਾਓਗੇ ਤੇ ਬੇਰੇ ਏਰੀਆ ਚ ਬਾਜ ਵੇਲੇ 2 ਕਿਮੀਲੇ ਹੀ ਹੁੰਦਾ ਉਹਨੇ ਚਿਰ ਦਾ ਸਫ਼ਰ ਹਾਂ ਇਹ ਤਾਂ ਬਹੁਤ ਪ੍ਰੋਬਲਮ ਹੈ ਇਹ ਜਿਹੜਾ ਜਿਹੜੇ ਬੰਦੇ ਨਾ ਜਿਹੜੇ ਬੰਦੇ ਦਾ 4 ਵਜੇ ਆਪਣੇ ਇੱਥੋਂ ਨਿਕਲ ਜਾਂਦੇ ਆ ਉਹ ਤਾਂ ਚਲੇ ਜਾਂਦੇ ਟਾਈਮ ਨਾਲ ਜੀ ਜਿਹੜੇ 5-6 ਵਜੇ ਨਿਕਲਦੇ ਬੰਦੇ ਉਹ ਫਿਰ ਬਾਜ ਵੇਲੇ 4-4 ਘੰਟੇ ਵੀ ਲੱਗਦੇ ਆ ਉਹ ਜੇ ਜਾਂ ਖਾਨ ਪਾਸ ਕੋ ਜਾਣ ਹਾਂਜੀ ਮਾੜਾ ਹੋਲਡ ਰੱਖਿਓ ਇਹ ਬਿਲਕੁਲ ਸਹੀ ਹੈ ਜੀ ਸਵੇਰੇ ਅਤੇ ਮੁੜ ਕੇ ਦੁਪਹਿਰੇ 2:30 ਵਜੇ ਤੋਂ ਬਾਅਦ ਉਦੋਂ ਇੱਧਰ ਨੂੰ ਆਉਣਾ ਹੋਵੇ ਤਾਂ ਉਹ ਵੀ 4-5 ਘੰਟੇ ਲੱਗ ਜਾਂਦੇ ਹਾਂ ਉਹ ਜੇ ਤਾਂ ਤੁਸੀਂ 3:30 ਤਾਈਂ ਨਿਕਲੇ ਉੱਥੋਂ ਫਿਰ ਤਾਂ ਤੁਸੀਂ ਆ ਗਏ ਸਮਝ ਲਓ ਛੇਤੀ ਜੇ 4 ਵਜੇ ਉੱਥੇ ਫਿਰ ਸਮਝ ਲਓ ਭਾਈ ਜਿੱਦਾਂ ਜਿੱਦਾਂ ਲੇਟ ਹੋ ਜਾਓ ਹੋ ਕੇ ਖਾਂਦੇ ਆਉਂਗੇ ਫਿਰ ਫਿਰ ਬਹੁਤ ਟਾਈਮ ਲੱਗਦਾ ਬਿਲਕੁਲ ਜੀ ਚਲੋ ਮਕਾਨ ਜਾਂਦੇ ਆ ਬਾਜ ਵੇਲੇ 4-4 ਘੰਟੇ ਕਾਰਾਂ 'ਚ ਵਿਚਾਰੇ ਬੈਠੇ ਰਹਿੰਦੇ ਆ ਹਾਂਜੀ ਹਾਂਜੀ ਮਾੜਾ ਹੋਲਡ ਰੱਖੋ ਜੀ ਹਾਂਜੀ ਸੁਰਿੰਦਰ ਸਿੰਘ ਜੀ ਹਾਂਜੀ ਬਾਕੀ ਭਾਈ ਜਿੱਦਾਂ ਰੋਟੀ ਸਾਹਿਬ ਦਾ ਜੇਬ ਦਾ ਮਸਲਾ ਆ ਜਿਹੜਾ ਤਕੜਾ ਬੰਦਾ ਉਹ ਕਿਤੇ ਵੀ ਰਹਿ ਸਕਦਾ ਜੀ ਆਪਾਂ ਤਾਂ ਆਹੀ ਜਿਹੜਾ ਮਿਲ ਗਿਆ ਸੀ ਬਹੁਤ ਵਧੀਆ ਹੈ ਜੀ ਸਭ ਤੋਂ ਪਹਿਲਾਂ ਜੇਬ ਦੇਖਣੀ ਪੈ ਗਈ ਹਾਂ ਛੱਤ ਦੇਤੀ ਬਾਕੀ ਸਕੂਲ ਦਾ ਬਹੁਤ ਫਾਇਦਾ ਜਿੱਦਾਂ ਹੁਣ ਸਾਡੇ ਭਾਜੀ ਦਾ ਘਰ ਸੀ ਉੱਥੇ 10 ਸਾਲ ਅਸੀਂ ਨੇ ਉਹਦੇ ਕੋਲ ਸਾਹਮਣੇ ਸਕੂਲ ਆ ਦਰਾਂ ਦੇ ਅਤੇ ਉਹ ਮੇਰੀ ਗੁੱਡੀ ਸੀਗੀ ਛੋਟੀ ਜਿਹੀ ਬੀਜੀ ਨੇ ਉਹਨੂੰ ਉੱਥੇ ਦਰਾਂ 'ਚ ਖੜ੍ਹ ਜਾਣਾ ਹੁਣ ਸਕੂਲੇ ਜਾ ਪੜ੍ਹਨਾ ਜਦੋਂ ਛੁੱਟੀ ਹੋਣੀ ਉਹ ਦਰਾਂ 'ਚ ਖੜ੍ਹ ਜਾਣਾ ਉਹਨੂੰ ਕੱਢ ਭੱਜ ਕੇ ਘਰ ਆ ਪੜ੍ਹਨਾ ਸਕੂਲ ਦਾ ਤਾਂ ਬਹੁਤ ਫਾਇਦਾ ਜਿਹੜਾ ਛੋਟੇ ਬੱਚਿਆਂ ਵਾਲਿਆਂ ਨੇ ਸਕੂਲ ਬਹੁਤ ਨੇੜੇ ਚਾਹੀਦਾ ਜ਼ਰੂਰ ਕਰ ਲਓ ਵਧੀਆ ਤੁਹਾਡੀ ਜਿਹੜੀ ਮਿਹਰਬਾਨੀ ਚਾਹੀਦਾ ਵਧੀਆ ਬਾਕੀ ਮੋਦੀ ਸਾਹਿਬ ਨੂੰ ਪੁੱਛ ਲੈਂਦੇ ਕਿਹੜਾ ਉਹਨਾਂ ਲਈ ਚੰਗਾ ਸਹੀ ਗੱਲ ਹੈ ਹਾਂਜੀ ਠੀਕ ਹੈ ਜੀ ਕਹਿੰਦੇ ਹਰ ਥਾਂ ਧਰਤੀ ਖੂਨੋ ਖੂਨ ਹੈ ਧਰਤੀ ਹਰ ਥਾਂ ਕਬਰਾਂ ਦੀ ਚੁੱਪ ਵਰਤੀ ਅਮਨ ਕਿੱਥੇ ਮੈਂ ਦਫ਼ਨ ਕਰੂੰਗਾ ਮੈਂ ਹੁਣ ਕਿਸ ਨੂੰ ਵਤਨ ਕਹੂੰਗਾ ਜੀ ਭੰਨ ਸੁੱਟੀਆਂ ਨਾਨਕ ਦੀਆਂ ਬਾਹਾਂ ਪੁੱਟ ਸੁੱਟੀਆਂ ਸ਼ਿਵ ਦੀਆਂ ਜਟਾਵਾਂ ਕਿਸ ਨੂੰ ਕਿਸ ਦਾ ਦਮਨ ਕਹੂੰਗਾ ਮੈਂ ਹੁਣ ਕਿਸ ਨੂੰ ਵਤਨ ਕਹੂੰਗਾ ਆਹ ਜਿਸਮ ਤਾਂ ਮੇਰੀ ਧੀ ਵਰਗਾ ਹੈ ਆਹ ਕੋਈ ਮੇਰੀ ਭੈਣ ਜਿਹਾ ਹੈ ਕਿਸ ਕਿਸ ਦਾ ਮੈਂ ਨਗਨ ਕੱਜੂੰਗਾ ਹੁਣ ਮੈਂ ਕਿਸ ਨੂੰ ਵਤਨ ਕਹੂੰਗਾ ਜੀ
ਕੌਣ ਸਿਆਣੇ ਕਰੇ ਮਾਂ ਪਿਓ ਦੀ, ਕੌਣ ਸਿਆਣ ਕਰੇ ਮਾਂ ਪਿਓ ਦੀ, ਹਰ ਇੱਕ ਦੀ ਮੈਂ ਲਾਸ਼ ਇੱਕੋ ਜਿਹੀ, ਕਿਸ ਕਿਸ ਲਈ ਮੈਂ ਕੱਫਣ ਲਊਂਗਾ, ਰੋ ਪਈਆਂ ਚਾਨਣੀਆਂ ਰਾਤਾਂ, ਮੁੱਕੀਆਂ ਦਾਦੀ ਮਾਂ ਦੀਆਂ ਬਾਤਾਂ, ਕਿੰਜ ਬੀਤੇ ਦਾ ਹਵਨ ਕਰੂੰਗਾ, ਜੱਜ ਵੇ ਸਾਂਭ ਮੇਰੇ ਸਰਕਾਰੇ, ਮੋੜ ਦੇ ਮੇਰੇ ਗੀਤ ਪਿਆਰੇ, ਕਿੰਜ ਚਾਵਾਂ ਦਾ ਦਫ਼ਨ ਕਰੂੰਗਾ, ਮੈਂ ਹੁਣ ਕਿਸ ਨੂੰ ਵਤਨ ਕਹੂੰਗਾ, ਜੱਗੀ ਜੀ ਹੁਣ ਉੱਥੇ ਮੈਂ ਕਰੋਨੇ ਵਿੱਚ ਕਿਸ ਨੂੰ ਵਤਨ ਕਰੂੰਗਾ। ਬਹੁਤ ਮਿਹਰਬਾਨੀ ਜੀ ਤੁਹਾਡੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ। ਘੁੰਮਣ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਜੀ ਘੁੰਮਣ ਸਾਹਿਬ, ਕੀ ਕਹਿਣਾ ਚਾਹੁੰਦੇ? ਮੈਂ ਇਹ ਕਹਿਣਾ ਚਾਹੁੰਦਾ ਕਿ ਦੇਖੋ, ਤੁਸੀਂ ਪਹਿਲਾਂ ਜਿਹੜੀ ਲਿਸਟ ਦਿੱਤੀ ਹੈ ਜੀ, ਮਤਲਬ ਜਿਹੜੇ ਸ਼ਹਿਰਾਂ 'ਚ ਰਹਿਣਾ ਚਾਹੁੰਦੇ ਨੇ, ਨਿਊਜ਼ੀਲੈਂਡ ਦੀ ਪਹਿਲਾਂ ਆਕਲੈਂਡ ਦਾ ਜੀ, ਫਿਰ ਉਹ ਦਸ ਦੇਸ਼ਾਂ ਨੇ, ਤੁਸੀਂ ਪਿਛਲੇ ਸਾਲਾਂ ਦਾ ਰਿਕਾਰਡ ਥੋੜ੍ਹਾ ਜਿਹਾ ਦੇਖੋ ਨਾ, ਇਹਨਾਂ ਦੇ ਵਿੱਚ ਵੈਨਕੂਵਰ ਦਾ ਨਾਂ ਆਉਂਦਾ ਰਿਹਾ। ਵੈਨਕੂਵਰ ਦਾ ਵੀ ਆਉਂਦਾ ਰਿਹਾ? ਹਾਂਜੀ, ਆਉਂਦਾ ਰਿਹਾ ਦੂਜੇ ਤੀਜੇ ਨੰਬਰ 'ਤੇ, ਔਰ ਪੰਜ ਛੇ ਸਾਲ ਪਹਿਲਾਂ ਇਹ ਪਹਿਲੇ ਨੰਬਰ 'ਤੇ ਵੀ ਸੀ। ਅੱਛਾ, ਹੁਣ ਮੇਰਾ ਪਤਾ ਨਹੀਂ ਕੀ ਉਹਨਾਂ ਦਾ ਕਰਟੀਰੀਆ ਜਾਂ ਇੱਥੇ ਵਾਇਰਸ ਹਨ ਕਰਕੇ ਨਾਂ ਪਿੱਛੇ ਹੋ ਗਿਆ, ਚਲੋ ਇਹ ਤਾਂ ਵੱਖਰੀ ਗੱਲ ਹੈ ਜੀ, ਮਤਲਬ ਉਹਨਾਂ ਦਾ ਕਰਟੀਰੀਆ ਹੋਏਗਾ ਜਿਸ ਤਰ੍ਹਾਂ ਵੀ ਉਹਨਾਂ ਬਣਾਇਆ, ਅਤੇ ਉਂਝ ਵੀ ਵੈਂਕੂਵਰ ਹੀ ਸੋਹਣਾ ਸ਼ਹਿਰ ਹੈ ਜੀ ਜੀ, ਵੇਖੇ ਤਾਂ ਨਹੀਂ ਪਰ ਸੁਣਿਆ ਕਿ ਬਹੁਤ ਵਧੀਆ ਸ਼ਹਿਰ ਨੇ ਜੀ। ਵਧੀਆ ਸਾਰੇ ਸ਼ਹਿਰ ਸੋਹਣੇ ਸਾਰੇ ਹੀ ਹੈ, ਅਤੇ ਉਹ ਗਿਣਦੇ ਨੇ ਜੀ ਉਹਦੇ 'ਚ ਜਿਹੜੀਆਂ ਸਹੂਲਤਾਂ ਆਮ ਲੋਕਾਂ ਨੂੰ ਕੀ ਹੈਗਾ ਉਹਦੇ ਵਾਸਤੇ। ਹਾਂਜੀ ਹਾਂਜੀ ਹਾਂਜੀ, ਇਹਦੇ ਵਿੱਚ ਫਿਰ ਵੈਂਕੂਵਰ 'ਚ ਕੁਝ ਗੱਲਾਂ ਹੈ ਅਸੀਂ ਤੇ ਇਹ ਨੰਬਰ 'ਤੇ ਆਉਂਦਾ ਰਿਹਾ। ਬਿਲਕੁਲ ਜੀ ਬਿਲਕੁਲ ਬਿਲਕੁਲ, ਪੁਆਇੰਟ ਇਹ ਆ ਬਹੁਤ। ਅੱਛਾ, ਨੰਬਰ 2 ਗੱਲ ਇਹ ਆ ਕਿ ਆਪਣੇ ਲਈ ਜਿਹੜਾ ਘਰ ਕਹਾਵਤ ਆ ਕਿ ਈਸਟ ਆਰ ਵੈਸਟ ਹੋਮ ਇਜ਼ ਦੀ ਬੈਸਟ। ਵਾਹ ਜੀ ਵਾਹ। ਹਾਂਜੀ, ਉਹ ਇਸ ਲਈ ਸਾਨੂੰ ਆਪਣਾ ਜਿੱਥੇ ਘਰ ਹੋਏ ਉਹ ਹੀ ਚੰਗਾ ਲੱਗਦਾ। ਵੈਸੇ ਤੁਹਾਡੀ ਬਿਲਕੁਲ ਗੱਲ ਨਾਲ ਮੈਂ ਸਹਿਮਤ ਹਾਂ, ਜਿੱਥੇ ਬੱਚਿਆਂ ਨੂੰ ਸਹੂਲਤ ਹੋਏ ਨਾ ਲਾਗੇ ਸਕੂਲ ਜਾਣ ਦੀ, ਉਹ ਹੀ ਚੰਗਾ ਲੱਗਦਾ। ਬਿਲਕੁਲ ਜੀ ਬਿਲਕੁਲ, ਮੈਂ ਦੱਸ ਦਿੰਦਾ ਕਿ ਅਸੀਂ ਜਿੱਥੇ ਰਹਿ ਰਹੇ ਹਾਂ ਨਾ, ਜਿੱਥੇ ਹੁਣ ਰਹਿ ਰਹੇ ਹਾਂ ਜੀ, ਉੱਥੇ ਸਾਡੇ ਤੋਂ ਯੂਨੀਵਰਸਿਟੀ ਜਿਹੜੀ ਮਨੀਟੋਬਾ ਯੂਨੀਵਰਸਿਟੀ ਹੈ ਬਹੁਤ ਨੇੜੇ ਆ। ਵਾਹ ਜੀ ਵਾਹ, ਮਤਲਬ 5 ਮਿੰਟ ਪੈਦਲ ਹੀ ਯੂਨੀਵਰਸਿਟੀ ਆ। ਹਾਂਜੀ, ਚਲੋ ਵੱਡਾ ਬੱਚਾ ਤਾਂ ਕਿਤੇ ਵੀ ਜਾ ਸਕਦਾ ਜੀ, ਵੱਡਾ ਬੱਚਾ ਜਦੋਂ ਗੱਡੀ ਚਲਾਉਣ ਲੱਗ ਜਾਂਦਾ ਕੁਛ ਕਰਨ ਲੱਗ ਜਾਂਦਾ, ਉਹ ਗੱਲ ਆਪਾਂ ਬੇਸ ਉਹੀ ਗੱਲ ਮੈਂ ਦੱਸਣ ਦਿਆਂ ਨਾ, ਪਰ ਸਵਾਲ ਇਸ ਗੱਲ ਦਾ ਕਿ ਸਾਡੀ ਜਿਹੜੀ ਕਮਿਊਨਿਟੀ ਆ ਸਿੱਖ ਕਮਿਊਨਿਟੀ, ਅਸੀਂ ਸਾਊਥ 'ਚ ਰਹਿੰਦੇ ਹਾਂ, ਵਿਨੀਪੈਗ ਸਾਊਥ 'ਚ, ਜ਼ਿਆਦਾ ਜਿਹੜੀ ਕਮਿਊਨਿਟੀ ਆ ਸਿੱਖ ਜਿਹੜੇ ਮਤਲਬ ਆਪਣੇ ਭਾਈਚਾਰਾ ਹੈ ਉਹ ਨਾਰਥ ਰਹਿੰਦਾ ਜੀ, ਨਾਰਥ 'ਚ ਬਹੁਤ ਜ਼ਿਆਦਾ ਸਾਡੇ ਰਹਿੰਦੇ ਆ ਕਮਿਊਨਿਟੀ, ਪਰ ਜਦੋਂ ਉਹਨਾਂ ਨੂੰ ਯੂਨੀਵਰਸਿਟੀ ਦੀ ਲੋੜ, ਬੱਚੇ ਵੱਡੇ ਹੋ ਜਾਂਦੇ ਨੇ, ਫਿਰ ਸਾਡੇ ਇਸ ਏਰੀਆ ਦੇ ਵਿੱਚ ਘਰ ਲੈਣਾ ਚਾਹੁੰਦੇ ਨੇ ਜੀ ਜੀ। ਬਹੁਤ ਮਿਹਰਬਾਨੀ ਘੁੰਮਣ ਸਾਹਿਬ, ਤੁਹਾਡਾ ਬਹੁਤ ਧੰਨਵਾਦ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਉਂਦੇ ਰਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੱਗੀ ਜੀ, ਮੈਂ ਗੁਰਦੇਵ ਢੀਂਡਸਾ ਬੋਲ ਰਿਹਾ। ਹਾਂਜੀ ਹਾਂਜੀ, ਢੀਂਡਸਾ ਸਾਹਿਬ ਸਵਾਗਤ ਹੈ ਜੀ, ਕੀ ਕਹਿਣਾ ਚਾਹੁੰਦੇ? ਹਾਂਜੀ ਜੱਗੀ ਜੀ, ਅੱਜ ਚੱਲ ਰਹੀ ਆ ਕਿੱਥੇ ਤੁਸੀਂ ਤੁਹਾਡੇ ਕੋਲ ਪੈਸਾ ਰਿਹਾ ਨਾ ਪਸੰਦ ਕਰੋਗੇ ਅਮਰੀਕਾ ਵਿੱਚ। ਮੈਂ ਚਾਰੇ ਖੂੰਜੇ ਅਮਰੀਕਾ ਦੇ ਗਾਹਕ ਦੇਖ ਲਿਆ, ਸੈਂਟਰ ਵੀ ਦੇਖ ਲਿਆ ਜੀ, ਜਿਹੜਾ ਮੈਨੂੰ ਸਭ ਤੋਂ ਅੱਛਾ ਏਰੀਆ ਲੱਗਾ ਰਹਿਣ 'ਚ ਉਹ ਮੈਂ ਜੀ ਇੱਥੇ 40 ਸਾਲ ਤੋਂ ਲੋਸ ਐਂਜਲਸ ਰਹਿ ਰਿਹਾ ਹੈਗਾ। ਅੱਛਾ ਜੀ, ਮਤਲਬ ਕਹਿਣ ਦਾ ਜਿਹੜਾ ਸਦਰਨ ਕੈਲੀਫੋਰਨੀਆ ਦਾ ਵੈਦਰ ਆ ਜੀ ਉਹ ਬਹੁਤ ਹੀ ਅੱਛਾ ਹੈ। ਤੁਸੀਂ ਹੁਣ ਸੈਨ ਫਰਾਂਸਿਸਕੋ ਦੀ ਗੱਲ ਕਰਦੇ ਹੋ, ਉੱਥੇ ਗਰਮੀਆਂ ਨੂੰ ਵੀ ਠੰਡੀ ਹਵਾ ਚੱਲਦੀ ਰਹਿੰਦੀ ਆ, ਵਿੰਡੀ ਵਿੰਡੀ ਸਿਟੀ ਆ, ਕਈ ਵਾਰੀ ਜਦੋਂ ਬੱਦਲ ਆ ਜਾਂਦੇ ਦਿਨੇ ਧੁੰਦ ਜੀ ਪੈ ਜਾਂਦੀ ਆ ਜੀ ਬਿਲਕੁਲ। ਹਾਂਜੀ ਬਿਲਕੁਲ, ਤੇ ਇੱਧਰ ਐਲਏ ਦੇ ਕੋਈ ਐਸੇ ਏਰੀਏ ਹੈਗੇ ਆ ਜਿੱਦਾਂ ਮੈਲੀਬੂ ਬੀਚ, ਲਗੂਨਾ ਹਿਲਸ, ਔਰੇਂਜ ਕਾਉਂਟੀ ਦੇ ਵਿੱਚ ਪਰੇ, ਉੱਥੇ ਬੜੇ ਉੱਚੇ ਉੱਚੇ ਪਹਾੜੀਆਂ ਤੇ ਬਣੇ ਹੋਏ ਆ, ਮਿਲੀਅਨ ਮਿਲੀਅਨ ਡਾਲਰਾਂ ਦੇ ਵਿਊ ਆ ਮੂਰੇ ਸਮੁੰਦਰ ਦਾ, ਤੇ ਵੈਦਰ ਵੀ ਸਦਰ ਕੈਲੀਫੋਰਨੀਆ ਦਾ ਬਹੁਤ ਵਧੀਆ, ਇੱਥੇ ਆਪਣੀ ਖੇਤੀਬਾੜੀ ਵੀ ਕਰੇ, ਸਬਜ਼ੀ ਵਗੈਰਾ ਲਾਉਣੀ ਹੋਵੇ ਉਹ ਵੀ ਲਾ ਸਕਦੇ ਹੋ। ਹਾਂਜੀ ਜੀ, ਚਲੋ ਮਿਹਰਬਾਨੀ ਜੀ ਬਹੁਤ ਤੁਹਾਡੀ, ਤੇ ਮਿਹਰਬਾਨੀ ਢੀਂਡਸਾ ਸਾਹਿਬ, ਮਿਹਰਬਾਨੀ, ਮੈਂ ਸੋਰੀ ਕਾਹ ਤੁਹਾਡੀ ਕਰੀ ਬ੍ਰੇਕ ਦਾ ਸਮਾਂ ਹੋ ਗਿਆ ਸੀ, ਕਾਰਨਾਂ ਵੈਸੇ ਵੀ ਸਾਰੀਆਂ ਤਕਰੀਬਨ ਭਰੀਆਂ ਪਈਆਂ, ਕੋਸ਼ਿਸ਼ ਕਰਾਂਗੇ ਬ੍ਰੇਕ ਤੋਂ ਬਾਅਦ ਫਿਰ ਵੱਧ ਤੋਂ ਵੱਧ ਕਾਰਨਾਂ ਲਈਏ ਜੀ, ਅਤੇ ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ ਜੀ। ਥੋੜ੍ਹਾ ਸਮਾਂ ਹੈਗਾ ਅਤੇ ਫਟਾਫਟ ਇੱਕ ਦੋ ਕਾਰਨਾਂ ਹੋਰ ਲੈ ਲੈਣੇ ਜਿੰਨੀਆਂ ਲੈ ਸਕਦੇ ਹੋਏ, ਅਤੇ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ। ਸਰਦਾਰ ਗੁਰਮੇਲ ਸਿੰਘ ਜੀ ਧੀਰ ਸਾਹਿਬ,
ਸਰਦਾਰ ਜਗਤਾਰ ਸਿੰਘ ਜੀ ਸਤਿ ਸ਼੍ਰੀ ਅਕਾਲ ਅਤੇ ਸਾਰੇ ਭੈਣਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਅੱਜ ਤੁਸੀਂ ਸ਼ਹਿਰ ਅਤੇ ਘਰਾਂ ਦੀ ਗੱਲ ਕੀਤੀ ਆ ਹਾਂਜੀ ਵੈਸੇ ਤਾਂ ਇਹ ਜਿਹੜਾ ਵਿਸ਼ਾ ਬੜਾ ਕਾਫੀ ਵਧੀਆ ਵਿਸ਼ਾ ਅਤੇ ਮੈਂ ਦੇਖੋ ਸਾਡੇ ਕੈਨੇਡਾ ਇਹ ਵੀ 70 ਦੇ ਦਹਾਕੇ ਦੇ ਵਿੱਚ ਸੱਤ ਅੱਠ ਵਾਰੀ ਦੁਨੀਆਂ ਦੇ ਵਿੱਚ ਪਹਿਲੇ ਨੰਬਰ ਤੇ ਆਉਂਦਾ ਰਿਹਾ ਹਾਂਜੀ ਤੇ ਟੋਰਾਂਟੋ ਵੀ ਆਉਂਦਾ ਰਿਹਾ ਹਾਂਜੀ ਉਹਨਾਂ ਦਿਨਾਂ ਦੇ ਵਿੱਚ ਮੈਂ ਟੋਰਾਂਟੋ ਰਹਿੰਦਾ ਹੁੰਦਾ ਸੀ ਤੇ ਅੱਜ ਤੋਂ 20 ਸਾਲ ਪਹਿਲਾਂ ਮੈਂ ਬ੍ਰਮਟਨ ਮੂਵ ਹੋਇਆ ਉਦੋਂ ਬ੍ਰਮਟਨ ਵਧੀਆ ਹੁੰਦਾ ਸੀ ਜੀ ਪਰ ਹੁਣ ਮੈਂ ਤੇ ਮੇਰੇ ਬੱਚੇ ਬ੍ਰਮਟਨ ਨੂੰ ਛੱਡ ਕੇ ਜਾਣਾ ਚਾਹੁੰਦੇ ਹਾਂ ਕਾਰਨ ਜੀ ਕਿਉਂਕਿ ਕਾਰਨ ਇਹ ਆ ਕਿ ਹੁਣ ਇੱਥੇ ਬ੍ਰਮਟਨ ਪਹਿਲਾਂ ਵਰਗਾ ਸ਼ਹਿਰ ਨਹੀਂ ਰਿਹਾ ਇੱਥੇ ਜਿਹੜੇ ਬੱਚੇ ਆ ਸਾਡੇ ਉਹ ਡਰੱਗ ਵੱਲ ਬਹੁਤ ਭੱਜੇ ਜਾ ਰਹੇ ਨਸ਼ਿਆਂ ਵੱਲ ਜੀ ਕਿੰਨੀਆਂ ਇਬਾਦਤਾਂ ਹੋ ਚੁੱਕੀਆਂ ਨੇ ਕਿੰਨੇ ਬੱਚੇ ਫੜੇ ਜਾ ਚੁੱਕੇ ਨੇ ਤੇ ਮੈਂ ਨਹੀਂ ਚਾਹੁੰਦਾ ਅੱਗੇ ਨੂੰ ਮੇਰੇ ਗ੍ਰੈਂਡ ਚਿਲਡਰਨ ਜਿਹੜੇ ਆ ਇੱਥੇ ਇਸ ਮਾਹੌਲ ਦੇ ਵਿੱਚ ਰਹਿਣ ਬਾਕੀ ਦੇਖੋ ਜਿਹੜੇ ਜੇ ਤੁਸੀਂ ਘਰ ਲੈਣਾ ਹੋਵੇ ਜੀ ਮੈਂ ਤਾਂ ਸਭ ਤੋਂ ਪਹਿਲਾਂ ਦੇਖਾਂ ਉੱਥੇ ਰੀਕ੍ਰੀਏਸ਼ਨ ਸੈਂਟਰ ਦੇਖਾਂ ਲਾਇਬ੍ਰੇਰੀ ਦੇਖਾਂ ਉੱਥੇ ਸਵਿਮਿੰਗ ਪੂਲ ਦੇਖਾਂ ਟਰਾਂਸਪੋਰਟ ਦੇਖਾਂ ਜਿਹੜੀ ਨੇੜੇ ਹੋਵੇ ਸਕੂਲ ਦੇਖਾਂ ਬੱਚਿਆਂ ਲਈ ਜਿਹੜੇ ਸਭ ਤੋਂ ਜ਼ਿਆਦਾ ਬੈਨੀਫਿਟ ਦੇ ਵਿੱਚ ਹੋਣ ਜਿਹੜੇ ਸਾਡੇ ਲੋਕ ਇਹ ਚੀਜ਼ਾਂ ਨਹੀਂ ਦੇਖਦੇ ਹਾਂ ਉਹੀ ਚੀਜ਼ ਆ ਸਕੂਲ ਦਾ ਤਾਂ ਕਦੇ ਮੇਰੇ ਖਿਆਲ ਬੜਾ ਸੋਚਦੇ ਨਹੀਂ ਲੋਕ ਸਕੂਲ ਨਹੀਂ ਮਤਲਬ ਸਕੂਲ ਦੇਖਦੇ ਨੇੜੇ ਪਰ ਸਕੂਲ ਦੀ ਉਹਦੀ ਗ੍ਰੇਡਿੰਗ ਕੀ ਆ ਉਹ ਨਹੀਂ ਦੇਖਦੇ ਨਾ ਉਹ ਨਹੀਂ ਦੇਖਦੇ ਰੀਕ੍ਰੀਏਸ਼ਨ ਸੈਂਟਰ ਵੀ ਚਾਹੀਦਾ ਕਿਉਂਕਿ ਤੁਹਾਨੂੰ ਪਤਾ ਵੀ ਇਹਨਾਂ ਦੇਸ਼ਾਂ ਦੇ ਵਿੱਚ ਸਵਿਮਿੰਗ ਸਿੱਖਣੀ ਬਹੁਤ ਜ਼ਰੂਰੀ ਆ ਜੀ ਹੁਣ ਤੁਸੀਂ ਗਰਮੀਆਂ ਦੇ ਵਿੱਚ ਦੇਖੋ ਕਿੰਨੀਆਂ ਮੌਤਾਂ ਹੁੰਦੀਆਂ ਨੇ ਸਵਿਮ ਕਰਦੇ ਆ ਖਾਸ ਕਰਕੇ ਜੱਗੀ ਜੀ ਤੁਸੀਂ ਇੱਥੇ ਆਏ ਹੋ ਸਾਡਾ ਤਾਂ ਇਹ ਹੈ ਹੀ ਲੇਕਾਂ ਦਾ ਲੇਕਸ ਦਾ ਏਰੀਆ ਝੀਲਾਂ ਦਾ ਹਾਂਜੀ ਤੇ ਇੱਥੇ ਤਾਂ ਬਹੁਤ ਜ਼ਿਆਦਾ ਜ਼ਰੂਰੀ ਬਣ ਜਾਂਦਾ ਜੀ ਤੇ ਲੋਕੀ ਸਾਡੇ ਇਹ ਚੀਜ਼ ਦੇਖਦੇ ਨੀ ਲਾਇਬ੍ਰੇਰੀ ਨੀ ਦੇਖਦੇ ਮੈਨੂੰ ਲਾਇਬ੍ਰੇਰੀ ਦਾ ਬੜਾ ਸ਼ੌਂਕ ਆ ਕਿਤਾਬਾਂ ਪੜ੍ਹਨ ਦਾ ਉੱਥੇ ਜਾ ਕੇ ਬਹਿ ਕੇ ਤੇ ਦੂਜੇ ਭਾਈਚਾਰੇ ਦੇ ਲੋਕਾਂ ਨਾਲ ਗੱਲਾਂ ਕਰਨ ਦਾ ਜਿੰਨਾ ਚਿਰ ਤੱਕ ਤੁਸੀਂ ਆਪਣੀ ਬਾਉਂਡਰੀ ਦੇ ਲੋਕਾਂ ਤੋਂ ਬਾਹਰ ਨਿਕਲ ਕੇ ਬਾਹਰ ਦੂਜੇ ਲੋਕਾਂ ਨਾਲ ਗੱਲਾਂ ਨਹੀਂ ਤੂੰ ਕੀ ਪਤਾ ਲੱਗੂ ਇਹਨਾਂ ਮੁਲਕਾਂ ਦਾ ਬਿਲਕੁਲ ਜੀ ਬਿਲਕੁਲ ਹਾਂਜੀ ਬਾਹਰਲੇ ਮੁਲਕਾਂ ਦਾ ਕੀ ਪਤਾ ਲੱਗੂ ਕਿਹੜੇ ਕੰਟਰੀ ਇਹਨਾਂ ਦਾ ਰਹਿਣ ਸਹਿਣ ਇਹਨਾਂ ਦੀ ਬੋਲੀ ਹੁਣ ਮੈਂ ਦੇਖਦਾ ਅੱਜ ਦੀ ਤੁਹਾਨੂੰ ਮੈਂ ਗੱਲ ਦੱਸਾਂ ਮੈਂ ਬਾਹਰ ਘੁੰਮਣ ਫਿਰਨ ਗਿਆ ਸਾਡੀ ਆਪਣੀ ਫੈਮਿਲੀ ਉਹ ਬੰਦੇ ਏਦਾਂ ਤੁਰੇ ਆ ਰਹੇ ਨੇ 40-45 ਸਾਲ ਦੇ ਹਸਬੈਂਡ ਵਾਈਫ ਮੂਹਰੇ ਉਹਨਾਂ ਦੇ ਬੱਚੇ ਤੇ ਮੈਂ ਤਾਂ ਉਹਨਾਂ ਨੂੰ ਦੇਖ ਕੇ ਪਾਸੇ ਹੋ ਗਿਆ ਉਹ ਫਰਾਟੇ ਮਾਰਦੇ ਤੁਰੇ ਆਉਂਦੇ ਅੱਗੇ ਲੰਘ ਗਏ ਸੋ ਇੱਕ ਚੀਜ਼ ਜੇ ਮੈਂ ਹਾਂਜੀ ਜੀ ਜੀ ਚਲੇ ਉਹ ਅੱਗੇ ਲੰਘ ਗਏ ਤੇ ਜੇ ਹੁਣ ਮੈਂ ਉਹ ਇਹ ਮੇਰੇ ਕੋਲ ਦੀ ਗੋਰੇ ਲੰਘ ਕੇ ਜਾਂਦੇ ਨਾ ਉਹਨਾਂ ਨੇ ਮੈਨੂੰ ਥੈਂਕ ਯੂ ਕਹਿ ਕੇ ਜਾਣਾ ਸੀ ਕਈ ਭੈਣ ਭਰਾ ਮੇਰੇ ਗੁੱਸਾ ਕਰਨਗੇ ਸਾਡੇ ਲੋਕ ਥੈਂਕ ਯੂ ਨਹੀਂ ਕਹਿੰਦੇ ਨਾ ਐਕਸਕਿਊਜ਼ ਮੀ ਕਹਿੰਦੇ ਨੇ ਨਾ ਸੌਰੀ ਕਹਿੰਦੇ ਨੇ ਉਹ ਜਿਵੇਂ ਪਿੰਡ ਦੇ ਵਿੱਚ ਤੁਰੇ ਫਿਰਦੇ ਸੀ ਉਵੇਂ ਹੀ ਇੱਥੇ ਤੁਰੇ ਫਿਰਦੇ ਮਿਹਰਬਾਨੀ ਜੀ ਮਿਹਰਬਾਨੀ ਤੁਹਾਡੀ ਬਹੁਤ ਸਮਾਂ ਸਮਾਪਤ ਹੋ ਗਿਆ ਪ੍ਰੋਗਰਾਮ ਦਾ ਹਾਂਜੀ ਓਕੇ ਜੀ ਬਿਲਕੁਲ ਜੀ ਸਹੀ ਗੱਲ ਹੈ ਗੱਲਾਂ ਹਜੇ ਕਾਫੀ ਸਾਰੀਆਂ ਹੈਗੀਆਂ ਪਰ ਹੁਣ ਕਾਲ ਹੋਰ ਨਹੀਂ ਲੈ ਹੋਣੀ ਧੀਰ ਸਾਹਿਬ ਦੀ ਗੱਲ ਜਿਹੜੀ ਉਹਨੂੰ ਮੁਕੰਮਲ ਕਰ ਦਈਏ ਵਾਕਈ ਸਾਡੇ ਬਹੁਤ ਸਾਰੇ ਲੋਕ ਜਿਹੜੇ ਇੱਥੇ ਹੈਗੇ ਨੇ ਸਾਡੇ ਘਰ ਤੋਂ ਦੂਰ ਇੱਕੋ ਘਰ ਆ ਪੰਜਾਬੀਆਂ ਦਾ ਕਾਫੀ ਦੂਰ ਹੈਗਾ ਅਤੇ ਉਹਦੇ ਮੋਰ ਦੀ ਨੰਗੀ ਦਾ ਸੀ ਪਰ ਉਹਨਾਂ ਦੇ ਕਦੇ ਨਹੀਂ ਉਹ ਉਹਨਾਂ ਨੂੰ ਬੁਲਾਈਏ ਵੀ ਅਤੇ ਉਹਨਾਂ ਨੇ ਕਦੇ ਮਤਲਬ ਢੰਗ ਦੇ ਜਵਾਬ ਦੇ ਹੈਲੋ ਕਰੀਏ ਅਤੇ ਉੱਦਾਂ ਜਿੰਨੇ ਗੋਰੇ ਗਾਰੇ ਸਾਡੇ ਆਲੇ ਦੁਆਲੇ ਹੈਗੇ ਨੇ ਅਤੇ ਸਾਰੇ ਹੀ ਲੰਘਦੇ ਵੜਦੇ ਅਗਰ ਬਾਹਰ ਹੈਗੇ ਆ ਅਤੇ ਉਹਨਾਂ ਨੇ ਬੁਲਾ ਕੇ ਲੰਘਣਾ ਅਤੇ ਉਹਨਾਂ ਨੂੰ ਬੁਲਾਈਏ ਵੀ ਸਾਡੇ ਬੰਦਿਆਂ ਨੇ ਤਾਂ ਉਹ ਨਹੀਂ ਬੋਲਦੇ ਮਤਲਬ ਕਈ ਤਾਂ ਐਂ ਸੋਚਦੇ ਜੇ ਸਤਿ ਸ਼੍ਰੀ ਅਕਾਲ ਬੁਲਾ ਦਿਉ ਤਾਂ ਇਹ ਸੋਚਦੇ ਨੇ ਸਤਿ ਸ਼੍ਰੀ ਅਕਾਲ ਦਾ ਜਵਾਬ ਦੇਣ ਦੀ ਬਜਾਏ ਇਹ ਮੈਨੂੰ ਜਾਣਦਾ ਤਾਂ ਨਹੀਂ ਇਹ ਕਿਹੜਾ ਪਾਗਲ ਜਿਹੜਾ ਸਤਿ ਸ਼੍ਰੀ ਅਕਾਲ ਬੁਲਾ ਗਿਆ ਸੋ ਕੁੱਲ ਮਿਲਾ ਕੇ ਘਰ ਲੈਣ ਦੀ ਅਸੀਂ ਗੱਲ ਕਰਦੇ ਵਾਇੰਡ ਅਪ ਕਰਦੇ ਹਾਂ ਘਰ ਸਾਨੂੰ ਇੱਕ ਨਾਲ ਹੋਰ ਚੀਜ਼ ਜਿਹੜੀ ਮੇਰੇ ਦਿਮਾਗ 'ਚ ਹੁਣ ਤੁਹਾਡੇ ਨਾਲ ਗੱਲ ਕਰਕੇ ਸਾਰਿਆਂ ਨਾਲ ਆਈ ਹੈ ਉਸ ਏਰੀਏ 'ਚ ਕ੍ਰਾਈਮ ਦੇਖਣਾ ਚਾਹੀਦਾ ਕ੍ਰਾਈਮ ਦੀ ਕੀ ਰੇਟਿੰਗ ਹੈ ਕ੍ਰਾਈਮ ਕਿੰਨਾ ਕੁ ਹੈਗਾ ਕ੍ਰਾਈਮ ਵੀ ਨਹੀਂ ਹੋਣਾ ਚਾਹੀਦਾ ਉਸ ਏਰੀਏ ਦੇ ਵਿੱਚ ਤਾਂ ਹੀ ਘਰ ਵਧੀਆ ਹੈਗਾ ਉਮੀਦ ਕਰਦਾ ਅੱਜ ਦਾ ਪ੍ਰੋਗਰਾਮ ਵਧੀਆ ਲੱਗਿਆ ਹੋਊਗਾ ਈਮੇਲ ਕਰ ਸਕਦੇ ਹੋ jaggi@jasbroadcasting.com ਜਾਂ ਫਿਰ info@jasbroadcasting.com ਫੇਸਬੁੱਕ ਟਵਿੱਟਰ ਤੋਂ ਇਲਾਵਾ ਵਟਸਐਪ ਨੰਬਰ ਮੇਰਾ ਸੈੱਲ ਨੰਬਰ 209-450-3362 ਅਖੀਰ ਦੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਖੁਸ਼ ਰਹੋ ਖੁਸ਼ ਰੱਖੋ ਰੱਬ ਰਾਖਾ ਜੀਵੇ ਪੰਜਾਬ ਜੀਵੇ ਪੰਜਾਬੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ